ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਤ ਜਿਨ ਕੀ ਅਨਜਾਨ ਹੈ, ਨਿੰਦ ਹੈ ਮੂੜ ਗਵਾਰ। ਮਿਲ ਹੈ ਪਰਸਪਰ ਬੋਲਤੇ, ਕੌਲਾ ਕੋ ਤਕਰਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸੰਧਿਆ ਦੇ ਦੀਵਾਨ ਗੁਰੂ ਮਹਾਰਾਜ ਦੀ ਗੋਦ ਵਿੱਚ ਸਜੇ ਹਨ। ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਉਪਰੰਤ ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ, ਗੁਰਬਾਣੀ ਦੇ ਕੀਰਤਨ ਸ਼ਰਵਣ ਕੀਤੇ ਹਨ। ਧੰਨ ਧੰਨ ਸਤਿਗੁਰੂ ਮਹਾਰਾਜ ਪੰਚਮ ਪਾਤਸ਼ਾਹ ਜੀ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਭਾਵਨਾ ਸ਼ਰਧਾ ਨਾਲ ਸੰਗਤਾਂ ਮਨਾ ਰਹੀਆਂ ਨੇ, ਔਰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹਨ। ਸਵੇਰੇ ਭੋਗ ਪੈਣਗੇ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕੀਤਾ ਹੈ, ਸਤਿਗੁਰੂ ਮਹਾਰਾਜ ਦੀ ਬਾਣੀ ਪੜ੍ਹੀ ਹੈ, ਸਤਿਗੁਰੂ ਮਹਾਰਾਜ ਦਾ ਗੁਰਮੰਤਰ ਗੁਰੂ ਨਾਮ ਜਪਿਆ ਹੈ, ਉਹ ਇਸ ਸੰਸਾਰ ਦੇ ਵਿੱਚ ਦੁਬਾਰਾ ਨਹੀਂ ਆਉਣਗੇ। ਉਹਨਾਂ ਦੀ 84 ਕੱਟੀ ਜਾਏਗੀ, ਗਰਭਜੂਨੀ ਦੇ ਵਿੱਚ ਗੋਤੇ ਨਹੀਂ ਖਾਣਗੇ। ਇਹ ਮਹਾਰਾਜ ਦੀ ਬਾਣੀ ਦਾ ਫੈਸਲਾ ਹੈ। ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜੁਨ ਪ੍ਰਤੱਖ ਹਰ। ਭੱਟਾਂ ਨੂੰ ਕਿਸੇ ਨੇ ਪੁੱਛਿਆ ਕਿ ਜੇ ਰੱਬ ਵੇਖਣਾ ਹੋਵੇ ਤਾਂ ਕਿੱਥੇ ਵੇਖੀਏ? ਭੱਟ ਕਹਿੰਦੇ, ਗੁਰੂ ਅਰਜਨ ਦੇਵ ਜੀ ਨੂੰ ਵੇਖ ਲਓ, ਇਹੀ ਰੱਬ ਦਾ ਰੂਪ ਹਨ, ਕੋਈ ਫਰਕ ਨਹੀਂ। ਪ੍ਰਤੱਖ ਸਾਹਮਣੇ ਦਿਸਦੇ ਰੱਬ ਗੁਰੂ ਅਰਜਨ ਦੇਵ ਜੀ ਹਨ, ਜਿਨ੍ਹਾਂ ਨੇ ਤੱਤੀ ਤਵੀ 'ਤੇ ਬਹਿ ਕੇ ਵੀ ਤੇਰਾ ਕੀ ਆ ਮਿੱਠਾ ਲੱਗਾ। ਭਾਣਾ ਮੰਨਣ ਦੀ ਜਿਹੜੀ ਹੱਦ ਹੈ ਨਾ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਹੈ, ਅਤੇ ਉੱਥੋਂ ਫਿਰ ਸ਼ਹੀਦਾਂ ਦੀ ਮਹਾਨ ਜਥੇਬੰਦੀ ਖਾਲਸਾ ਪੰਥ ਪੈਦਾ ਹੋਇਆ। ਅੱਜ ਜਿੰਨੇ ਸਾਡੇ ਸ਼ਹੀਦ ਹਨ, ਐਵੇਂ ਨਹੀਂ ਸ਼ਹੀਦ ਹੋਏ, ਇਹਨਾਂ ਸ਼ਹੀਦਾਂ ਦੇ ਸਾਹਮਣੇ ਆਦਰਸ਼ ਹੋ ਆ ਜਾਂਦਾ ਸੀ ਗੁਰੂ ਅਰਜਨ ਦੇਵ ਜੀ ਦਾ। ਕਹਿੰਦੇ ਜਦੋਂ ਦਿੱਲੀ ਚਾਂਦਨੀ ਚੌਂਕ ਵਿੱਚ ਦੇਗ ਉਬਾਲੀ ਗਈ, ਭਾਈ ਦਿਆਲੇ ਨੂੰ ਦੇਗ 'ਚ ਬਿਠਾਉਣ ਲੱਗੇ, ਅਤੇ ਭਾਈ ਦਿਆਲੇ ਨੇ ਕੀ ਕਿਹਾ ਸੀ? ਕਹਿਣ ਲੱਗੇ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਵੇਂ ਜਹਾਂਗੀਰ ਦੀ ਦੇਗ 'ਚ ਤੁਸੀਂ ਉਬਲੇ ਸੀ, ਇੱਥੇ ਵੀ ਤੁਸੀਂ ਉਬਲਣਾ, ਮੈਂ ਨਹੀਂ ਕੁਝ ਕਰ ਸਕਦਾ, ਤੁਹਾਡੀ ਕਲਾ ਵਰਤੇਗੀ, ਤੁਹਾਡੀ ਮਿਹਰ ਹੋਵੇਗੀ, ਅਤੇ ਤਾਂ ਇਹ ਸਿੱਖੀ ਸਿਦਕ ਨਿਭੇਗਾ। ਅਤੇ ਭਾਈ ਸਾਹਿਬ, ਭਾਈ ਦਿਆਲਾ ਜੀ ਦੇਗ ਚੁੱਬਲ ਗਏ, ਸ਼ਹੀਦ ਹੋ ਗਏ। ਗੁਰੂ ਅਰਜਨ ਦੇਵ ਜੀ ਸਾਹਮਣੇ ਸਨ। ਭਾਈ ਮਤੀ ਦਾਸ ਆਰੇ ਨਾਲ ਚਿਰ ਗਏ, ਭਾਈ ਸਤੀ ਦਾਸ ਰੂਈ 'ਚ ਲਪੇੜ ਕੇ ਸਾੜੇ ਗਏ, ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟੇ ਗਏ, ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਗਈ, ਭਾਈ ਮਹਤਾਬ ਸਿੰਘ ਨੂੰ ਚਰਖੜੀ ਚਾੜਿਆ ਗਿਆ, ਲੱਖਾਂ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ, ਤਸੀਹੇ ਬੜੇ ਅਸਹਿ ਅਤੇ ਅਕਹਿ ਸਨ।
ਵਰਤਮਾਨ ਸਮੇਂ ਦੇ ਵਿੱਚ ਵੀ ਬੜੇ ਬੜੇ ਸਿੰਘਾਂ ਨੂੰ ਤਸੀਹੇ ਦਿੱਤੇ ਗਏ, ਪਰ ਕਦੀ ਵੀ ਖਾਲਸਾ ਸ਼ਹੀਦੀ ਪਾਉਣ ਤੋਂ ਡੋਲਿਆ ਨਹੀਂ, ਕਿਉਂਕਿ ਸਾਹਮਣੇ ਗੁਰੂ ਅਰਜਨ ਦੇਵ ਜੀ ਸਨ। ਐਸੇ ਸਤਿਗੁਰੂ ਮਹਾਰਾਜ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਸਵੇਰੇ ਸੰਗਤਾਂ ਮਨਾ ਰਹੀਆਂ ਨੇ। ਪਿਛਲੇ ਵੀਕ ਵੀ ਮਨਾਇਆ ਸੀ, ਕਈ ਸੱਜਣ ਕਹਿੰਦੇ ਰੋਜ਼ ਰੋਜ਼ ਮਨਾਉਂਦੇ ਹੋ। ਮੈਂ ਕਿਹਾ ਜਿੰਨੀ ਵਾਰੀ ਮਰਜ਼ੀ ਮਨਾਓ, ਗੁਰੂ ਨੂੰ ਯਾਦ ਹੀ ਕਰਨਾ, ਗੁਰੂ ਦੀ ਸਿਮਰਨ ਕਰਨਾ, ਗੁਰੂ ਦੇ ਚਰਨ ਫੜਨੇ ਆ, ਰੋਜ਼ ਹੀ ਅਸੀਂ ਤਾਂ ਗੁਰੂ ਨੂੰ ਯਾਦ ਕਰਨਾ। ਸਤਿਗੁਰੂ ਤਾਂ ਸਦਾ ਸਦਾ ਹੀ ਸਾਡੇ ਅੰਗ ਸਨ। ਐਵੇਂ ਛੋਟੀਆਂ ਛੋਟੀਆਂ ਸੋਚਾਂ ਨਾ ਰੱਖੋ, ਸੋਚ ਆਪਣੀ ਵਿਸ਼ਾਲ ਕਰੀਏ ਅਤੇ ਗੁਰੂ ਦੇ ਪਿਆਰ ਵਿੱਚ ਆਈਏ। ਕਥਾ ਚੱਲ ਰਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ। ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ, ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ, ਭਗਤੀ ਦੇ ਨਾਲ ਸ਼ਕਤੀ ਜੋੜੀ, ਨਗਾਰੇ, ਨਿਸ਼ਾਨ, ਘੋੜੇ, ਹਥਿਆਰ, ਸ਼ਸਤਰ, ਸ਼ਿਕਾਰ ਖੇਡਣਾ, ਜੰਗੀ ਕਰਤਵ ਕਰਨੇ, ਪੈਂਦੇ ਖਾਂ ਵਰਗੇ ਸੂਰਮੇ ਨੂੰ ਪਾਲਿਆ, ਇਹ ਜਿਹੜੀਆਂ ਚੀਜ਼ਾਂ ਸਨ ਨਾ, ਆਮ ਲੋਕਾਂ ਨੂੰ ਹਜਮ ਨਹੀਂ ਹੋਈਆਂ। ਕਈ ਲੋਕ ਮੇਰੇ ਵਰਗੇ ਹੁੰਦੇ ਨੇ, ਕਰਨਾ ਕਰਾਉਣਾ ਕੁਝ ਨਹੀਂ, ਗੱਲਾਂ ਦੇ ਨਾਲ ਬੜੇ ਪਹਾੜ ਢਾਉਂਦੇ ਨੇ, ਆਪਣਾ ਫਿਕਰ ਨਹੀਂ ਕਰਦੇ, ਦੂਜੇ ਦਾ ਫਿਕਰ ਕਰਦੇ ਨੇ। ਬ੍ਰਹਮ ਗਿਆਨੀ ਦੇ ਵਿੱਚ ਅਤੇ ਆਮ ਬੰਦੇ 'ਚ ਫਰਕ ਇਹ ਹੈ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਆਪਣੀ ਆਤਮਾ 'ਤੇ ਹੁੰਦੀ ਹੈ, ਸੰਸਾਰੀ ਬੰਦੇ ਦੀ ਦ੍ਰਿਸ਼ਟੀ ਦੂਜੇ ਦੀ ਕਿਰਿਆ 'ਤੇ ਹੁੰਦੀ ਹੈ। ਉਹ ਫਲਾਣਾ ਕੀ ਕਰ ਰਿਹਾ, ਉਹ ਵੇਖੋ ਜੀ ਉਹਨੇ ਕੀ ਕਰਤਾ ਜੀ, ਉਹ ਫਲਾਣੇ ਦੇ ਘਰ ਇਹ ਹੋ ਗਿਆ, ਫਲਾਣੇ ਦੇ ਘਰ ਇਹ ਹੋ ਗਿਆ, ਇੱਦਾਂ ਦੀ ਨਿੰਦਾ ਚੁਗਲੀ ਕਰਦੇ ਹੈ। ਪਰ ਖਾਲਸਾ ਜੀ, ਸਾਰੀ ਉਮਰ ਲੰਘ ਜਾਂਦੀ, ਪੱਲੇ ਕੱਖ ਨਹੀਂ ਪੈਂਦਾ, ਖਾਲੀ ਹੱਥ ਆਏ, ਖਾਲੀ ਹੱਥ ਚਲੇ ਗਏ। ਸਾਡੇ ਵਰਗਿਆਂ ਦੀ ਤਾਂ ਨਿੰਦਾ ਹੋਣੀ ਹੋਣੀ ਆ, ਗੁਰੂਆਂ ਦੀ ਵੀ ਕਰ ਦਿੰਦੇ। ਗੁਰੂ ਹਰਗੋਬਿੰਦ ਸਾਹਿਬ ਦੀ ਕਿੰਨੀ ਨਿੰਦਾ ਹੋਈ, ਆਪਾਂ ਕੱਲ੍ਹ ਵੀ ਕਥਾ ਸੁਣੀ, ਪਰਸੋਂ ਵੀ ਸੁਣੀ, ਅਤੇ ਲੜੀਵਾਰ ਅਜੇ ਚੱਲਣੀ ਹੈ, ਕਿਉਂਕਿ ਭਾਈ ਗੁਰਦਾਸ ਜੀ ਨੇ ਆਪਣੀ 26ਵੀਂ ਵਾਰ ਦੀ 23ਵੀਂ ਅਤੇ 24ਵੀਂ ਪੌੜੀ 'ਚ ਸਾਰੀ ਕਹਾਣੀ ਲਿਖੀ ਹੈ। ਕਹਿੰਦੇ ਗੁਰੂ ਸਾਹਿਬ ਬਾਰੇ ਲੋਕ ਉਂਗਲਾਂ ਉਠਾਉਂਦੇ ਸੀ ਕਿ ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਡਾਇਆ। ਪਹਿਲੇ ਗੁਰੂ ਦੇ ਮੰਜੀ 'ਤੇ ਬਹਿ ਕੇ ਉਪਦੇਸ਼ ਦਿੰਦੇ ਸੀ, ਇਹ ਗੁਰੂ ਕਿਹੋ ਜਿਹੇ ਆ ਗਏ ਨੇ, ਇਹ ਕੁੱਤੇ ਰੱਖ ਕੇ ਸ਼ਿਕਾਰ ਖੇਡਣ ਜਾਂਦੇ ਨੇ। ਸ਼ਿਕਾਰੀ ਕੁੱਤੇ ਪਾਲ ਲਏ ਨੇ, ਬਾਜ ਪਾਲ ਲਏ ਨੇ, ਚੀਤੇ ਪਾਲ ਲਏ ਨੇ, ਜੁਰੇ ਪਾਲ ਲਏ ਨੇ। ਇੱਕ ਬਾਣੀ ਕਰ ਗੁਣ ਗਾਉਣ ਦਾ ਕਥੇ ਨਾ ਸੁਣੇ ਨਾ ਗਾਵ ਸੁਣਾਇਆ, ਪਾਤਸ਼ਾਹ ਕਰਿਆਮ ਦੇ ਗੜ੍ਹ ਚੜਿਆ ਪਾਤਸ਼ਾਹ ਚੜ੍ਹਾਇਆ, ਉਮਤ ਮਹਿਲ ਨਾ ਪਾਉਂਦੀ ਦੁਖੀ ਦੁਸ਼ਟ ਆਗੂ ਮੂੰਹ ਲਾਇਆ। ਇੱਧਰ ਮਹਾਰਾਜ ਦੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ, ਉੱਧਰ ਜੰਗ ਦੀਆਂ ਤਿਆਰੀਆਂ ਹੋ ਰਹੀਆਂ ਨੇ। ਮਹਾਂਪੁਰਸ਼ਾਂ ਦੇ ਸਾਹਮਣੇ ਕਿੰਨੀਆਂ ਕੁ ਦਿੱਕਤਾਂ ਆਉਂਦੀਆਂ ਨੇ, ਮਹਾਂਪੁਰਸ਼ ਬਣਨਾ ਬੜਾ ਔਖਾ ਹੈ, ਜਿੰਨੀਆਂ ਜ਼ਿਆਦਾ ਮੁਸੀਬਤਾਂ ਆਉਂਦੀਆਂ ਨੇ ਉਨੇ ਹੀ ਮਹਾਨ ਹੁੰਦੇ ਨੇ, ਵੱਡੇ ਹੋਈ ਜਾਂਦੇ ਨੇ। ਜਿੰਨਾ ਜ਼ਿਆਦਾ ਤੂਫਾਨ ਆਏਗਾ ਬਾਜ ਉਨਾ ਹੀ ਉੱਚਾ ਉੱਡੇਗਾ। ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ, ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਚੁਣੌਤੀਆਂ ਕਿੰਨੀਆਂ। ਇੱਕ ਪਾਸੇ ਜ਼ਾਲਮ ਸਰਕਾਰ ਹੈ, ਚੰਦੂ ਵਰਗੇ ਸੁਲਭੀ ਸੁਲੀ ਖਾਨ ਦੇ ਪਰਿਵਾਰ ਦੇ ਲੋਕ, ਚੰਦੂ ਦੇ ਪਰਿਵਾਰ ਦੇ ਲੋਕ ਗੁਰੂ ਘਰ ਦੇ ਵੈਰੀ ਨੇ। ਸੱਕੇ ਤਾਏ ਦਾ ਪੁੱਤਰ ਬਰਾਬਰ ਗੱਦੀ ਲਾਈ ਬੈਠਾ ਹੈ ਮਿਹਰਬਾਨ। ਇਸ ਤੋਂ ਇਲਾਵਾ ਸਾਧ ਸੰਗਤ ਜੀ, ਜ਼ਾਲਮ ਸਰਕਾਰ ਦੇ ਬੜੇ ਬੜੇ ਅਫਸਰ
ਗੁਰੂ ਦੀ ਸ਼ਾਨ ਵੇਖ ਕੇ ਸੜਦੇ ਨੇ, ਉੱਧਰ ਸਾਡੇ ਵਰਗੇ ਨਾਲੇ ਤਾਂ ਕਹਿੰਦੇ ਅਸੀਂ ਗੁਰੂ ਦੇ ਸਿੱਖ ਹਾਂ ਅਤੇ ਨਾਲੇ ਗੁਰੂ ਦੀ ਨਿੰਦਾ ਕਰਦੇ ਆ। ਜਦੋਂ ਮਹਾਂਪੁਰਸ਼ ਕਿਸੇ ਕੰਮ 'ਤੇ ਤੁਰਦੇ ਨਾ, ਉਹਨਾਂ ਨੂੰ ਚਾਰੇ ਪਾਸਿਓਂ ਇੱਦਾਂ ਦੀਆਂ ਸਮੱਸਿਆ ਆਉਂਦੀਆਂ, ਪਰ ਉਹ ਆਪਣਾ ਰਾਹ ਨਹੀਂ ਛੱਡਦੇ, ਤੁਰੇ ਜਾਂਦੇ ਆ, ਤੁਰੇ ਜਾਂਦੇ ਆ ਬੇਪਰਵਾਹ ਹੋ ਕੇ, ਜੋ ਮਰਜ਼ੀ ਦੁਨੀਆ ਕਹਿੰਦੀ ਕਹੀ ਜਾਵੇ। ਆਓ ਮਹਾਰਾਜ ਦੀ ਖੇਡ ਸਰਵਣ ਕਰੀਏ ਪ੍ਰੇਮ ਨਾਲ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੂੰ ਯਾਦ ਕਰਦਿਆਂ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਦੋਹਰਾ ਮਤ ਜਿਨ ਕੀ ਅਣਜਾਣ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਤੋਂ ਜਿਹੜੇ ਅਣਜਾਣ ਹਨ, ਜਿਨ੍ਹਾਂ ਦੀ ਬੁੱਧੀ ਛੋਟੀ ਹੈ, ਮਤ ਜਿਨ ਕੀ ਅਣਜਾਣ ਹੈ, ਜਿਹੜੇ ਗੁਰੂ ਦੀ ਮਤ ਨੂੰ, ਗੁਰੂ ਦੀ ਵਡਿਆਈ ਨੂੰ ਸਮਝ ਨਹੀਂ ਸਕਦੇ। ਨਿੰਦ ਹੈ ਮੂੜ ਗਵਾਰ, ਉਹ ਮੂਰਖ ਗੁਰੂ ਦੀ ਨਿੰਦਾ ਕਰਨ ਲੱਗ ਪਏ ਹਨ। ਮਿਲ ਹੈ ਪਰਸਪਰ ਬੋਲਤੇ, ਆਪਸ ਜਿੱਥੇ ਵੀ ਬਹਿੰਦੇ ਨੇ ਨਿੰਦਕ ਨਿੰਦਾ ਹੀ ਕਰਦੇ ਨੇ, ਕੀ ਗੱਲਾਂ ਕਰਦੇ ਨੇ। ਕੌਲਾਂ ਕੋ ਤਕਰਾਰ, ਹੋਰ ਤੇ ਕੋਈ ਗੱਲ ਨਹੀਂ ਆਉਂਦੀ, ਮਾਤਾ ਕੌਲਾਂ ਦਾ ਕਿੱਸਾ ਛੇੜ ਲੈਂਦੇ, ਕਹਿੰਦੇ ਇਹ ਕਾਜੀ ਦੀ ਕੁੜੀ ਹੈ, ਮੁਸਲਮਾਨਾਂ ਦੀ ਕੁੜੀ ਹੈ, ਗੁਰੂ ਘਰ 'ਚ ਕਿਉਂ ਆ ਗਈ ਹੈ, ਇਹਨੂੰ ਕਿਉਂ ਪਨਾਹ ਦਿੱਤੀ ਗੁਰੂ ਘਰ ਦੇ ਵਿੱਚ। ਜਦੋਂ ਵੀ ਬਹਿੰਦੇ ਨੇ ਨਿੰਦਕ ਉਸੇ ਕਿੱਸੇ ਨੂੰ ਛੇੜਦੇ ਨੇ। ਚੌਪਈ ਸ੍ਰੀ ਗੁਰੂ ਰਾਮਦਾਸ ਵਡਿਆਈ, ਕਹਿੰਦੇ ਨੇ ਗੁਰੂ ਰਾਮਦਾਸ ਦੀ ਬੜੀ ਵਡਿਆਈ ਸੀ, ਬੜੀ ਉਸਤਰ ਸੀ, ਬੜੀ ਮਹਿਮਾ ਸੀ। ਐਸਾ ਵੀ ਵਿਦਵਾਨਾਂ ਨੇ ਕਈ ਗੱਲਾਂ ਦੀ ਸਮਾਨਤਾਵਾਂ ਕੀਤੀਆਂ, ਦਸਾਂ ਪਾਤਸ਼ਾਹੀਆਂ ਵਿੱਚੋਂ ਸਭ ਤੋਂ ਜ਼ਿਆਦਾ ਵਡਿਆਈ ਸ੍ਰੀ ਗੁਰੂ ਰਾਮਦਾਸ ਜੀ ਦੀ ਹੋਈ ਹੈ। ਆਖੋ ਸ੍ਰੀ ਵਾਹਿਗੁਰੂ। ਸਭ ਤੋਂ ਜ਼ਿਆਦਾ ਜੇ ਧੰਨ ਧੰਨ ਹੋਈ ਹੈ ਨਾ, ਅੱਜ ਵੀ ਹੋ ਰਹੇ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਹਰ ਇੱਕ ਬੰਦੇ ਦੇ ਮੂੰਹ ਤੋਂ ਅੱਜ ਤੱਕ ਨਿਕਲਦਾ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੇ ਧਾਰਿਆ। ਗੁਰੂ ਮਹਾਰਾਜ ਦੀ ਬਾਣੀ ਵਿੱਚ ਭੱਟਾਂ ਦੇ ਸਵਈਆਂ 'ਚ ਵੀ ਸਭ ਤੋਂ ਜ਼ਿਆਦਾ ਸਵਈਏ ਕਹਿੰਦੇ ਨੇ, ਸਵਈਏ ਮਹੱਲੇ ਚੌਥੇ ਕੇ, ਗੁਰੂ ਰਾਮਦਾਸ ਜੀ ਦੀ ਵਡਿਆਈ ਦੇ ਸਵਈਏ ਸਭ ਤੋਂ ਜ਼ਿਆਦਾ ਨੇ ਭੱਟਾਂ ਦੇ ਸਵਈਆਂ 'ਚ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਅਤੇ ਸੱਤੇ ਬਲਵੰਡੇ ਨੇ ਵੀ ਲਿਖਿਆ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਭਾਈ ਨੰਦ ਲਾਲ ਜੀ ਨੇ ਵੀ ਵਡਿਆਈ ਕੀਤੀ ਗੁਰੂ ਰਾਮਦਾਸ ਜੀ ਦੀ, ਸਾਰੇ ਕਵੀਆਂ ਨੇ ਕੀਤੀ ਹੈ, ਮਹਾਂਪੁਰਸ਼ਾਂ ਨੇ ਕੀਤੀ ਹੈ। ਹਰ ਬੱਚੇ ਦੇ ਮੂੰਹ ਤੋਂ ਜਦੋਂ ਅੰਮ੍ਰਿਤਸਰ ਜਾਈਦਾ ਹਰਿਮੰਦਰ ਸਾਹਿਬ, ਭਾਵੇਂ ਕੋਈ ਪੜ੍ਹਿਆ ਹੋਵੇ ਭਾਵੇਂ ਅਨਪੜ੍ਹ ਹੋਵੇ, ਮੂੰਹ ਤੋਂ ਨਿਕਲਦਾ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਇਸ ਕਰਕੇ ਦਸਾਂ ਪਾਤਸ਼ਾਹੀਆਂ 'ਚੋਂ ਸਭ ਤੋਂ ਜ਼ਿਆਦਾ ਵਡਿਆਈ ਜਿਹੜੀ ਹੋਈ ਹੈ ਉਹ ਮਹਾਰਾਜ ਚੌਥੇ ਪਾਤਸ਼ਾਹ ਜੀ ਦੀ ਹੋਈ ਹੈ। ਰਹਿ ਵਿਰਾਗ ਨਿਤ ਦ੍ਰਿਗ ਜਲ ਜਾਈ, ਕਿਉਂਕਿ ਗੁਰੂ ਰਾਮਦਾਸ ਜੀ ਵਿਰਾਗ ਦੀ ਮੂਰਤੀ ਸਨ। ਬਹੁਤ ਸੋਹਣਾ ਚਿਹਰਾ, ਸੁੰਦਰ ਜਾਹੋ ਜਲਾਲ ਭਰਿਆ ਹੋਇਆ ਸਰੀਰ, ਸੁੰਦਰ ਦਾੜਾ ਬੜਾ ਲੰਮਾ ਅਤੇ ਬੜਾ ਸੁੰਦਰ ਸੀਗਾ, ਅਤੇ ਅੱਖਾਂ ਵਿੱਚੋਂ ਹਰ ਵੇਲੇ ਨਾ ਮੈਂ ਨੀਰ ਵਹੇ ਵਹਿ ਚੱਲੇ ਜੀ, ਅੱਖਾਂ ਵਿੱਚੋਂ ਹੰਝੂ ਜਿਹੜੇ ਸੀ ਨਾ ਵਗਦੇ ਹੀ ਰਹਿੰਦੇ ਸੀ, ਉਹਨਾਂ ਦਾ ਜਿਹੜਾ ਹਜ਼ੂਰੀਆ ਸੀ ਉਹ ਗਿੱਲਾ ਰਹਿੰਦਾ ਸੀ। ਹਰ ਵੇਲੇ ਉਹ ਗੁਰੂ ਰਾਮ ਅਮਰਦਾਸ ਜੀ ਨੂੰ ਯਾਦ ਕਰਦੇ ਹੁੰਦੇ ਸੀ, ਕਹਿੰਦੇ ਹੁੰਦੇ ਸੀ ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਕਾਸ਼, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ,
ਹਰ ਕੀਰਤ ਹਮਰੀ ਰਹਿ ਰਾਸ। ਆਪਣੇ ਗੁਰੂ ਨੂੰ ਯਾਦ ਕਰਦੇ ਰਹਿਣਾ ਅਤੇ ਉਹਨਾਂ ਦੀਆਂ ਅੱਖਾਂ 'ਚ ਹਰ ਵੇਲੇ ਵੈਰਾਗ ਦਾ ਜਲ ਚੱਲਦਾ ਰਹਿੰਦਾ ਸੀ। ਇੱਕ ਰਸ ਬਿਰਤੀ ਸਦਾ ਚਿੱਤ ਸ਼ਾਂਤੀ, ਇੱਕ ਰਸ ਬਿਰਤੀ ਸੀ, ਚਿੱਤ ਸ਼ਾਂਤ ਸੀ। ਪੂਰੇ 22 ਸਾਲ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਦੀ ਸੇਵਾ ਕੀਤੀ ਸੀ। ਇੱਕ ਦਿਨ ਸੇਵਾ ਕਰੀਏ ਨਾ ਅਤੇ ਆਪਾਂ ਥੱਕ ਜਾਂਦੇ ਹਾਂ, ਉਹ 22 ਸਾਲ ਨਹੀਂ ਥੱਕੇ ਗੁਰੂ ਸਾਹਿਬ ਦੀ ਸੇਵਾ ਦਿਨ ਰਾਤ ਖੜ੍ਹੇ ਕਰੇ ਹਰ ਚਾਕਰੀ। ਫਿਰ ਸੇਵਾ ਵੀ ਜਵਾਈ ਹੋ ਕੇ ਸੇਵਾ ਕਰਨੀ, ਸਹੁਰਿਆਂ ਦੇ ਘਰ ਰਹਿਣਾ, ਲੋਕਾਂ ਦੇ ਬੋਲ ਕਬੋਲ ਸਹਿਣੇ, ਉਹਦੀ ਪਰਵਾਹ ਨਹੀਂ ਕੀਤੀ। ਦੁਨੀਆ ਚੰਗਾ ਕਹਿੰਦੀ ਮਾੜਾ ਕਹਿੰਦੀ ਉਹ ਨਹੀਂ ਸੋਚਿਆ, ਬਸ ਸੇਵਾ ਹੀ ਕੀਤੀ। ਅਤੇ ਸਤਿਗੁਰੂ ਰਾਮਦਾਸ ਜੀ ਮਹਾਰਾਜ 7 ਸਾਲ ਗੁਰਤਾ ਗੱਦੀ 'ਤੇ ਵੀ ਰਹੇ। 22 ਸਾਲ ਸੇਵਾ ਕੀਤੀ, ਫਿਰ ਗੁਰੂ ਬਣੇ, 7 ਸਾਲ ਗੁਰਤਾ ਗੱਦੀ ਨੂੰ ਭਾਗ ਲਾਏ ਅਤੇ ਉਦੋਂ ਵੀ ਵੈਰਾਗ ਵਿੱਚ ਹੀ ਰਹੇ। ਹਾਂਜੀ, ਜਿਨ ਕੇ ਮੋਹ ਨਾ ਮਾਇਆ ਤਾਤੀ, ਧੰਨ ਗੁਰੂ ਰਾਮਦਾਸ ਜੀ ਦੇ ਮਨ ਵਿੱਚ ਨਾ ਮੋਹ ਸੀ ਨਾ ਮਾਇਆ ਸੀ। ਤੱਤੀ ਮਾਇਆ ਸੰਸਾਰ ਦੀ ਨੇੜੇ ਨਹੀਂ ਆਉਣ ਦਿੱਤੀ। ਕੋਈ ਮੋਹ ਮਾਇਆ ਤੋਂ ਇੰਨਾ ਨਿਰਲੇਪ ਹੋ ਨਹੀਂ ਸਕਦਾ ਜਿੰਨੇ ਗੁਰੂ ਰਾਮਦਾਸ ਜੀ ਨਿਰਲੇਪ ਰਹੇ ਹਨ। ਸਤ ਸੰਗਤ ਕਰਤੇ ਦਿਨ ਬੀਤੇ, ਸਾਰੀ ਜ਼ਿੰਦਗੀ ਸਤਸੰਗ ਕਰਦਿਆਂ ਬੀਤੀ। ਪਹਿਲਾਂ ਜਦੋਂ ਗੋਇੰਦਵਾਲ ਸਾਹਿਬ ਸੇਵਾ ਕਰਦੇ ਸੀ ਨਾ, ਸਭ ਤੋਂ ਪਹਿਲਾਂ ਉੱਠਣਾ ਅੰਮ੍ਰਿਤ ਵੇਲੇ, ਅਤੇ ਜੇ ਬੌਲੀ ਸਾਹਿਬ ਦੀਆਂ ਜਿਹੜੀਆਂ ਕਹੀਆਂ ਅਤੇ ਟੋਕਰੀਆਂ ਨਾ, ਉਹ ਕੋਈ ਕੋਠੜੀ 'ਚ ਰੱਖ ਸਾਂਭ ਕੇ ਰੱਖੀਆਂ ਹੁੰਦੀਆਂ ਸੀ ਰਾਤ ਦੀਆਂ। ਆਪ ਇਸ਼ਨਾਨ ਕਰਕੇ, ਨਿਤਨੇਮ ਕਰਕੇ, ਅਤੇ ਸਭ ਤੋਂ ਪਹਿਲਾਂ ਉਹ ਕੋਠੜੀ ਖੋਲ੍ਹਣੀ। ਕਈਆਂ ਬਾਟੇ ਤਸਲੇ ਜਿਹਨੂੰ ਕਹਿੰਦੇ ਆ, ਉਹ ਕੱਢ ਕੇ ਹਜ਼ਾਰਾਂ ਦੀ ਤਾਦਾਦ 'ਚ ਸੰਗਤਾਂ ਨੂੰ ਆਪਣੇ ਹੱਥੀਂ ਵੰਡਣੇ। ਫਿਰ ਇੱਕ ਕਹੀ ਆਪ ਫੜ ਲੈਣੀ, ਕਦੀ ਕਹੀ ਨਾਲ ਮਿੱਟੀ ਪੁੱਟਣੀ ਅਤੇ ਕਦੀ ਬੌਲੀ ਸਾਹਿਬ ਵਿੱਚੋਂ ਟੋਕਰੀ ਨਾਲ ਮਿੱਟੀ ਪਾ ਕੇ ਬਾਹਰ ਸੁੱਟਣੀ। ਅਤੇ ਇਹ ਸੇਵਾ ਬੜੀ ਤਗੜੀ ਸੀ। ਸ਼ਾਮ 8-7 ਵਜੇ ਤੱਕ, ਜਿੰਨਾ ਚਿਰ ਦਿਨ ਨਹੀਂ ਸੀ ਛਿਪਦਾ, ਸਾਰਾ ਦਿਨ ਇਹ ਸੇਵਾ ਕਰਨੀ। ਸੇਵਾ ਕਰਨ ਤੋਂ ਬਾਅਦ ਸਾਰੀਆਂ ਸੰਗਤਾਂ 'ਤੇ ਆਪਣੇ ਆਪਣੇ ਕੰਮ 'ਤੇ, ਆਪਣੇ ਆਸਣਾਂ 'ਤੇ ਚਲੀ ਜਾਂਦੀਆਂ। ਉਹਨਾਂ ਦੀਆਂ ਟੋਕਰੀਆਂ ਸਾਰੀਆਂ ਇਕੱਠੀਆਂ ਕਰ ਕਰਕੇ ਉਸ ਕੋਠੜੀ 'ਚ ਰੱਖਣੀਆਂ, ਨਾਲ ਕਈਆਂ ਸਾਰੀਆਂ ਸਾਂਭ ਕੇ ਉਸ ਕੋਠੜੀ 'ਚ ਰੱਖਣੀਆਂ। ਫਿਰ ਉਹਨੂੰ ਕੁੰਡੀ ਲਾ ਦੇਣੀ, ਸਵੇਰੇ ਆ ਕੇ ਉਹ ਕੁੰਡੀ ਖੋਲ੍ਹਣੀ। ਅਤੇ ਦਿਨ ਰਾਤ ਇਸ ਤਰ੍ਹਾਂ ਜ਼ਿੰਦਗੀ ਸਾਰੀ ਗੁਰੂ ਸਾਹਿਬ ਦੀਆਂ ਸੇਵਾਵਾਂ ਜਿੱਥੇ ਜਿੱਥੇ ਵੀ ਸਨ ਸ਼੍ਰੀ ਗੁਰੂ ਰਾਮਦਾਸ ਜੀ ਕਰਦੇ। ਫਿਰ ਜਿੰਨੇ ਵੀ ਗੁਰੂ ਘਰ ਦੇ ਸਿੱਖ ਸੀ, ਭਾਈ ਪਾਰੋ ਜੀ, ਭਾਈ ਬੱਲੂ ਜੀ, ਭਾਈ ਲਾਲੋ ਜੀ, ਭਾਈ ਜੀਵਾ ਜੀ, ਭਾਈ ਤਿੰਗਾ ਨਾਈ ਜੀ, ਇਹੋ ਜਿਹੜੇ ਬ੍ਰਹਮ ਗਿਆਨੀ ਸਨ, ਉਹਨਾਂ ਦੇ ਨਾ ਚਰਨਾਂ ਦੀ ਧੂੜ ਬਣ ਕੇ ਰਹਿਣਾ। ਇਹ ਨਹੀਂ ਕਹਿਣਾ ਵੀ ਇਹ ਮੈਂ ਇਹਨਾਂ ਤੋਂ ਵੱਡਾ ਹਾਂ, ਨਾ, ਇਹ ਸਿੱਖ ਮੇਰੇ ਤੋਂ ਵੱਡੇ ਆ। ਸਾਰਿਆਂ ਨੂੰ, ਬਾਬਾ ਮੋਹਰੀ ਜੀ ਨੂੰ, ਬਾਬਾ ਮੋਹਨ ਜੀ ਨੂੰ, ਕਿਸੇ ਨੂੰ ਵੀ ਜਵਾਬ ਨਹੀਂ ਦੇਣਾ। ਆਪ ਸਾਰਿਆਂ ਤੋਂ ਨੀਵੇਂ ਬਣ ਕੇ ਰਹੇ, ਧੰਨ ਗੁਰੂ ਰਾਮਦਾਸ ਜੀ। ਅਤੇ ਫਿਰ ਜਦੋਂ ਗੁਰਤਾ ਗੱਦੀ 'ਤੇ ਬੈਠੇ ਅਤੇ ਫਿਰ ਵੀ ਗੁਰਸਿੱਖਾਂ ਦਾ ਸਤਿਕਾਰ ਨਹੀਂ ਛੱਡਿਆ, ਅਦਬ ਰੱਖਿਆ ਬਾਬਾ ਬੁੱਢਾ ਜੀ ਦਾ। ਬਾਬਾ ਸ਼੍ਰੀ ਚੰਦ ਜੀ ਸ਼੍ਰੀ ਅੰਮ੍ਰਿਤਸਰ ਆਏ ਮਿਲਣ ਵਾਸਤੇ, ਅਤੇ ਬੀਬੀ ਭਾਨੀ ਜੀ ਉਹਨਾਂ ਨੂੰ ਗੁਰੂ ਰਾਮਦਾਸ ਕਹਿੰਦੇ, ਤੁਸੀਂ ਆਪਣੇ ਹੱਥੀਂ ਪ੍ਰਸ਼ਾਦਾ ਛਕਾਉਣਾ, ਸਤਿਗੁਰਾਂ ਦੇ ਵੱਡੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਆ ਰਹੇ ਨੇ, ਅਤੇ ਅਸੀਂ ਉਹਨਾਂ ਨੂੰ ਲੈਣ ਚੱਲੇ। ਅੱਗੋਂ 2-3 ਮੀਲ ਅੱਗੋਂ ਦੀ ਲੈਣ ਗਏ ਬਾਬਾ ਸ਼੍ਰੀ ਚੰਦ ਜੀ ਨੂੰ, ਜਾ ਕੇ ਚਰਨਾਂ 'ਚ ਨਮਸਕਾਰ ਕੀਤੀ ਅਤੇ ਉਹਨਾਂ ਨੇ ਮਹਾਰਾਜ ਨੂੰ ਨਮਸਕਾਰ ਕੀਤੀ। ਅਤੇ ਕਹਿੰਦੇ ਨਾਲ ਲਿਆਏ, ਅਤੇ ਬਾਬਾ ਜੀ ਪਰਖਣ ਵਾਸਤੇ ਕਹਿੰਦੇ, ਪੁਰਖਾ ਦਾੜਾ ਬੜਾ ਵੱਡਾ ਰੱਖਿਆ ਹੋਇਆ,
ਕਹਿਣ ਲੱਗੇ ਮਹਾਰਾਜ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਰੱਖਿਆ ਹੋਇਆ। ਅਤੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਬਸ ਇਹੀ ਗੱਲਾਂ ਕਰਕੇ ਤਾਂ ਤੁਸੀਂ ਵੱਡੇ ਹੋ, ਤੁਹਾਡੀ ਇਹ ਨਿਮਰਤਾ ਹੀ ਆ ਜਿਹੜੀ ਤੁਸੀਂ ਇਸ ਮਹਾਨ ਗੱਦੀ 'ਤੇ ਪਹੁੰਚ ਗਏ। ਸੋ ਗੁਰੂ ਰਾਮਦਾਸ ਮਹਾਰਾਜ ਇਹੋ ਜਿਹੇ ਸਨ ਸਾਧ ਸੰਗਤ ਜੀ। ਬੈਠ ਹੈ ਸ਼ਬਦ ਸੰਗ ਚਿਤ ਪ੍ਰੀਤੇ, ਅਤੇ ਜਦੋਂ ਕੀਰਤਨ 'ਚ ਬਹਿ ਗਏ ਨਾ, ਫਿਰ ਭਾਵੇਂ ਦਿਨ ਬੀਤ ਜਾਵੇ ਭਾਵੇਂ ਰਾਤ ਬੀਤ ਜਾਵੇ, ਚੌਂਕੜੇ ਲੱਗੇ ਅਤੇ ਫਿਰ ਲਗਾਤਾਰ ਕੀਰਤਨ ਹੀ ਸੁਣੀ ਜਾਣਾ, ਬਾਣੀ 'ਚ ਹੀ ਰਹਿਣਾ। ਇਹ ਨਹੀਂ ਵੀ 10-20 ਮਿੰਟ ਅੱਧਾ ਘੰਟਾ ਕੀਤਾ ਕਥਾ ਕੀਰਤਨ ਆਪਾਂ ਸੁਣਦੇ ਹਾਂ ਅਤੇ ਗੋਡੇ ਇੱਧਰ 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 ਇੱਧਰ, ਸਾਡੇ ਕੋਲ ਚੌਂਕੜਾ ਹੀ ਨਹੀਂ ਵੱਜਦਾ। ਅਤੇ ਗੁਰੂ ਸੱਚੇ ਪਾਤਸ਼ਾਹ ਜਿਉਂ ਬੈਠਣਾ ਸਾਰਾ ਸਾਰਾ ਦਿਨ ਕੀਰਤਨ ਹੀ ਸੁਣੀ ਜਾਣਾ, ਸ਼ਬਦ ਨਾਲ ਪ੍ਰੀਤ ਹੋ ਗਈ ਸੀ। ਜਾਗ ਹੈ ਜਾਮਨ ਕੇ ਜੁਗ ਜਾਮ, ਅੰਮ੍ਰਿਤ ਵੇਲੇ ਦੋ ਪਹਿਰ ਰਾਤ ਰਹਿੰਦੀ ਜਾਗ ਪੈਣਾ, ਵੈਸੇ ਤਾਂ ਸਵਾ ਪਹਿਰ ਰਾਤ ਰਹਿੰਦੀ ਜਾਗਦੇ ਨੇ ਗੁਰਸਿੱਖ 2-2:30 ਵਜੇ, ਸਤਿਗੁਰੂ ਰਾਮਦਾਸ ਜੀ 12-1 ਵਜੇ ਜਾਗ ਪੈਣਾ। ਸਭ ਤੋਂ ਪਹਿਲਾਂ ਜਾਗਣਾ, ਅਤੇ ਜਿਹੜੇ ਗੁਰਸਿੱਖਾਂ ਨੇ ਇਸ਼ਨਾਨ ਪਾਣੀ ਕਰਨਾ ਹੁੰਦਾ ਸੀ ਉਹਨਾਂ ਲਈ ਪਾਣੀ ਗਰਮ ਕਰ ਦੇਣਾ, ਕਿਸੇ ਨੂੰ ਕੋਈ ਸੇਵਾ ਹੋਵੇ ਉਹਦੀ ਜਾ ਕੇ ਸੇਵਾ ਕਰਨੀ, ਆਪਣੇ ਹੱਥੀਂ ਇਸ਼ਨਾਨ ਕਰਾਉਂਦੇ ਸੀ ਸਿੱਖਾਂ ਨੂੰ। ਹਾਂਜੀ, ਤਬ ਸਤਸੰਗ ਹੋਤ ਅਭਿਰਾਮ, ਅਤੇ ਫਿਰ ਸਤਸੰਗ ਹੀ ਹੁੰਦਾ ਸੀ ਉਦੋਂ, ਉਦੋਂ ਕੋਈ ਦੁਨਿਆਵੀ ਗੱਲ ਨਹੀਂ ਸੀ ਹੁੰਦੀ, ਸ਼੍ਰੀ ਗੋਬਿੰਦਵਾਲ ਸਾਹਿਬ ਸੱਚਖੰਡ ਬਣਿਆ ਹੋਇਆ ਸੀ। ਹਾਂਜੀ, ਤਿੰਨ ਕੇ ਸੁੱਤ ਸ਼੍ਰੀ ਅਰਜਨ ਭਏ, ਅਤੇ ਫਿਰ ਗੁਰੂ ਰਾਮਦਾਸ ਜੀ ਦੇ ਪੁੱਤਰ ਹੋਏ ਗੁਰੂ ਅਰਜਨ ਦੇਵ ਜੀ 5ਵੇਂ ਪਾਤਸ਼ਾਹ। ਜਪਿਓ ਜਿਨ ਅਰਜੁਨ ਦੇਵ ਗੁਰੂ, ਜਪਿਓ ਜਿਨ ਅਰਜੁਨ ਦੇਵ ਗੁਰੂ, ਸਾਰੇ ਭਾਈ ਰਸਨਾਂ ਨੂੰ ਪਵਿੱਤਰ ਕਰੋ, ਮਹਾਰਾਜ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰੀਏ। ਜਪਿਓ ਜਿਨ ਅਰਜੁਨ ਦੇਵ ਗੁਰੂ, ਜਪਿਓ ਜਿਨ ਅਰਜੁਨ ਦੇਵ ਗੁਰੂ, ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਬ ਨਾ ਆਇਓ, ਸੰਕਟ ਜੋਨ ਗਰਬ ਨਾ ਆਇਓ, ਜੋਨ ਗਰਬ ਨਾ ਆਇਓ, ਸੰਕਟ ਜੋਨ ਗਰਬ ਨਾ ਆਇਓ। ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਿੱਖ ਉਹਨਾਂ ਨੂੰ ਯਾਦ ਕਰੇਗਾ, ਮੁੜ ਕੇ ਗਰਭ ਜੂਨੀ ਵਿੱਚ 84 ਲੱਖ ਜੂਨਾਂ 'ਚ ਨਹੀਂ ਆਏਗਾ, ਇਹ ਗੁਰਬਾਣੀ ਦਾ ਫੈਸਲਾ ਹੈ। ਹਾਂਜੀ, ਗੁਣ ਗਨ ਪਿਖ ਗੁਰ ਗਾਦੀ ਦੇ, ਸਤਿਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੇ ਗੁਣਾਂ ਕਰਕੇ ਗੁਰਤਾ ਮਿਲੀ। ਦੋ ਵੱਡੇ ਭਰਾ ਵੀ ਸਨ, ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਜੀ। ਉਹ ਗੁਰੂ ਰਾਮਦਾਸ ਪਾਤਸ਼ਾਹ ਦਾ ਹੁਕਮ ਨਹੀਂ ਮੰਨ ਸਕੇ, ਉਸ ਖੇਡ ਨੂੰ ਨਹੀਂ ਸਮਝ ਸਕੇ ਜਿਹੜੀ ਗੁਰੂ ਬਣਨ ਵਾਸਤੇ ਜ਼ਰੂਰੀ ਹੁੰਦੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਅਤੇ ਸਤਿਗੁਰੂ ਅਰਜਨ ਦੇਵ ਜੀ ਨੇ ਹੁਕਮ ਮੰਨ ਲਿਆ। ਤਿੰਨਹੋ ਕਰੇ ਜੇਤਕ ਉਪਕਾਰ, ਅਤੇ ਸਤਿਗੁਰੂ ਅਰਜਨ ਦੇਵ ਜੀ ਨੇ ਗੱਦੀ 'ਤੇ ਬਹਿ ਕੇ 25 ਸਾਲ, ਆਖੋ ਸ੍ਰੀ ਵਾਹਿਗੁਰੂ, ਸੰਨ 1581 ਤੋਂ 1606 ਤੱਕ, ਕਿੰਨੇ ਸਾਲ ਬਣਦੇ ਨੇ 81 ਤੋਂ 6 ਤੱਕ, 25 ਸਾਲ ਇਹ ਮਹਾਰਾਜ ਗੱਦੀ 'ਤੇ ਰਹੇ 5ਵੇਂ ਪਾਤਸ਼ਾਹ। ਹਾਂਜੀ, ਛਪੇ ਨਹੀਂ ਵਿਦਤੇ ਸੰਸਾਰ, ਮਹਾਰਾਜ ਇੰਨੇ ਪ੍ਰਸਿੱਧ ਹੋਏ ਗੁਰੂ ਅਰਜਨ ਦੇਵ ਜੀ ਦੇਸ਼ਾਂ ਵਿਦੇਸ਼ਾਂ ਵਿੱਚ, ਇੰਨੀ ਉਹਨਾਂ ਦੀ ਮਹਿਮਾ ਹੋਈ ਵੀ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਏ, ਛੁਪੇ ਨਹੀਂ। ਸ੍ਰੀ ਅੰਮ੍ਰਿਤਸਰ ਰਹੇ ਬਨਾਵਤ, ਸਾਰਾ ਜੀਵਨ ਸੇਵਾ 'ਚ ਲਾਤਾ,
ਸ਼੍ਰੀ ਗੁਰੂ ਰਾਮਦਾਸ ਜੀ ਦਾ ਸਰੋਵਰ ਸ਼ੁਰੂ ਕੀਤਾ, ਪੂਰਾ ਕੀਤਾ ਸ਼੍ਰੀ ਅੰਮ੍ਰਿਤਸਰ ਸਾਹਿਬ। ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਅਤੇ ਗੁਰੂ ਰਾਮਦਾਸ ਜੀ ਨੂੰ ਹੁਕਮ ਲਾਇਆ ਸੀ ਵੀ ਤੁਸੀਂ ਸਰੋਵਰ ਬਣਾਓ। ਗੁਰੂ ਰਾਮਦਾਸ ਜੀ ਸ਼ੁਰੂ ਕਰਾਤਾ ਸੀ, ਪੂਰਾ ਗੁਰੂ ਅਰਜਨ ਦੇਵ ਜੀ ਨੇ ਕੀਤਾ। ਤੀਜੇ ਪਾਤਸ਼ਾਹ ਤੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ, ਪੰਜਵੇਂ ਦੇ ਪੂਰਨ ਹੋਇਆ। ਮਹਾਰਾਜ ਸਾਹਿਬ ਜੀ ਸਾਰਾ ਜੀਵਨ ਸ਼੍ਰੀ ਅੰਮ੍ਰਿਤਸਰ ਨੂੰ ਬਣਾਇਆ, ਹਰਿਮੰਦਰ ਸਾਹਿਬ ਦੀ ਰਚਨਾ ਕੀਤੀ। ਹਾਂਜੀ, ਬਹੁਰੋ ਤਾਰਨ ਤਰਨ ਸੁਹਾਵਤ, ਫਿਰ 1,57,000 ਰੁਪਈਆ ਖਰਚ ਕੇ ਤਰਨ ਤਾਰਨ ਸਾਹਿਬ ਦੀ ਕਈ ਪਿੰਡਾਂ ਦੀ ਜ਼ਮੀਨ ਖਰੀਦ ਕੇ ਉਹਦੇ ਵਿੱਚ ਮਹਾਰਾਜ ਨੇ ਮਹਾਨ ਸਰੋਵਰ ਸ਼੍ਰੀ ਤਰਨ ਤਾਰਨ ਸਾਹਿਬ ਜੀ ਦੀ ਰਚਨਾ ਕੀਤੀ। ਸ਼੍ਰੀ ਗ੍ਰੰਥ ਸਾਹਿਬ ਗੁਰ ਕਰਿਓ, ਫਿਰ ਇੱਥੇ ਹੀ ਬਸ ਨਹੀਂ, ਸਭ ਤੋਂ ਵੱਡਾ ਕੰਮ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਕੀਤਾ, ਜਿਹਦੀ ਦੁਨੀਆਂ 'ਤੇ ਕੋਈ ਮਿਸਾਲ ਨਹੀਂ ਮਿਲਦੀ, ਕਿਤੇ ਕਿਸੇ ਧਰਮ 'ਚ ਵੀ ਨਹੀਂ ਮਿਲਦੀ, ਉਹ ਕੀ ਹੈ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਤਿਆਰ ਕੀਤਾ, ਬਾਣੀ ਇਕੱਠੀ ਕੀਤੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਹਾਜ਼ ਬਣਾ ਤਾ ਸਾਨੂੰ ਭਾਵ ਸਾਗਰ ਤੋਂ ਲੰਘਣ ਲਈ। ਸ਼ੁਕਰ 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 ਕਰੀ ਜਾਈਏ ਨਾ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਦਾ, ਰੋਮ ਰੋਮ ਕਰਕੇ ਤਾਂ ਵੀ ਨਹੀਂ ਆਪਾਂ ਸ਼ੁਕਰਗੁਜ਼ਾਰ ਹੋ ਸਕਦੇ। ਉਹਨਾਂ ਨੇ ਸਾਡੇ 'ਤੇ ਐਡਾ ਪਰਉਪਕਾਰ ਕੀਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇਕੱਠੀ ਕੀਤੀ ਹੈ। ਮਨਹੋ ਸ਼੍ਰੇਯ ਕੋ ਮੰਦਰ ਭਰਿਓ, ਇਹ ਮੁਕਤੀ ਦਾ ਕਲਿਆਣ ਦਾ ਘਰ ਹੈ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਓ ਨਾ। ਦਰਸ਼ ਪਰਸ਼ ਕੀਨੇ ਗੁਰੂ ਗ੍ਰੰਥ ਮਹਾਰਾਜ ਜੀ ਕੇ, ਪਾਪ ਜਨ ਮੰਤਰ ਕੇ ਪੁੰਨ ਰੂਪ ਧਾਰਤੇ। ਮਹਾਂ ਵਿਦਵਾਨ ਪੰਡਿਤ ਨਿਹਾਲ ਸਿੰਘ ਜੀ ਮਹਾਂਪੁਰਸ਼ਾਂ ਨੇ ਬਚਨ ਲਿਖੇ, ਕਹਿੰਦੇ ਦਰਸ਼ ਪਰਸ਼ ਕੀਨੇ ਗੁਰੂ ਗ੍ਰੰਥ ਮਹਾਰਾਜ ਜੀ ਕੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਏ, ਪਾਪ ਜਨ ਮੰਤਰ ਕੇ ਪੁੰਨ ਰੂਪ ਧਾਰਤੇ। ਉਹ ਜਨਮਾਂ ਜਨਮਾਂ ਦੇ ਪਾਪ ਪੁੰਨਾਂ ਦੇ ਰੂਪ 'ਚ ਕਨਵਰਟ ਹੋ ਜਾਂਦੇ, ਕੀਤੇ ਹੋਣ ਪਾਪ ਹੋਣ ਅਤੇ ਕੋਲੇ ਅਤੇ ਬਣ ਜਾਣ ਹੀਰੇ, ਹੁਣ ਠੀਕਰੀਆਂ ਬਣ ਜਾਣ ਮੋਹਰਾਂ, ਇੱਦਾਂ ਵੀ ਹੋ ਸਕਦਾ? ਕਹਿੰਦੇ ਹਾਂ ਹੋ ਸਕਦਾ। ਕੀਤੇ ਹੁਣ ਪਾਪ, ਗੁਰੂ ਅਰਜਨ ਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਓ, ਉਹ ਪਾਪ ਪੁੰਨਾਂ ਦੇ ਰੂਪ 'ਚ ਬਦਲ ਜਾਣਗੇ, ਪੁੰਨ ਬਣ ਜਾਣਗੇ, ਹੋਰ ਕੀ ਚਾਹੀਦਾ? ਜੇ ਐਸੇ ਸਤਿਗੁਰੂ ਦੇ ਚਰਨ 'ਚ ਬੈਠੇ ਆਪਾਂ ਗੁਰੂ ਗ੍ਰੰਥ ਸਾਹਿਬ, ਸਾਧ ਸੰਗਤ ਜੀ ਸਾਨੂੰ ਕਦਰ ਕੋਈ ਨਹੀਂ, ਸਾਨੂੰ ਦਰਸ਼ਨ ਰੋਜ਼ ਹੁੰਦੇ, ਰੋਜ਼ ਕਰਦੇ ਕੋਈ ਨਹੀਂ, ਪਾਪੀ ਬੰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਕੰਮ 'ਤੇ ਜਾਓ, ਹਰ ਮੋਰਚਾ ਫਤਿਹ ਹੋਵੇ। ਅਰਦਾਸ ਕਰਿਆ ਕਰੀਏ ਰੋਜ਼ ਦਰਸ਼ਨ ਹੋਣ, ਸਵੇਰ ਵੇਲੇ ਦਰਸ਼ਨ ਹੋਣ, ਸ਼ਾਮ ਵੇਲੇ ਦਰਸ਼ਨ ਹੋਣ, ਹਰ ਵੇਲੇ ਦਰਸ਼ਨ ਹੋਣ ਗੁਰੂ ਗ੍ਰੰਥ ਸਾਹਿਬ ਦੇ। ਐਸੀ ਮਹਿਮਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਹਨੇ ਦਿੱਤਾ ਸਾਨੂੰ? ਗੁਰੂ ਅਰਜਨ ਦੇਵ ਜੀ ਨੇ। ਹਾਂਜੀ, ਜਬ ਲੋ ਤਨ ਕੀ ਥਿਰਤਾ ਲਹੇ, ਜਿੰਨਾ ਚਿਰ ਸਰੀਰ 'ਚ ਰਹੇ, 25 ਸਾਲ ਗੁਰਤਾ ਗੱਦੀ 'ਤੇ ਰਹੇ, 18 ਸਾਲਾਂ ਦੀ ਉਮਰ 'ਚ ਗੁਰੂ ਬਣੇ ਸੀ। ਕਿੰਨੀ ਕੁੱਲ ਉਮਰ ਸੀ? 43 ਸਾਲ, 43 ਸਾਲ ਉਮਰ ਸੀ ਮਹਾਰਾਜ ਪੰਜਵੇਂ ਪਾਤਸ਼ਾਹ ਦੀ। 43 ਸਾਲ ਦੀ ਉਮਰ 'ਚ ਸ਼ਹੀਦੀ ਪਾਈ ਹੈ, ਅਤੇ ਜਿੰਨਾ ਚਿਰ ਗੱਦੀ 'ਤੇ ਰਹੇ ਹਨ ਪੰਜਵੇਂ ਪਾਤਸ਼ਾਹ, ਪਰ ਉਪਕਾਰ ਕਰਤ ਹੀ ਰਹੇ, ਭਲਾ ਹੀ ਕਰਦੇ ਰਹੇ, ਭਲਾ ਹੀ ਕਰਦੇ ਰਹੇ, ਭਲਾ ਹੀ ਕਰਦੇ, ਪਰ ਉਪਕਾਰ। ਦੁਆਬੇ ਦੇ ਵਿੱਚ 2 ਸਥਾਨ ਬਣਾਏ, ਡੱਲੇ ਪਿੰਡ ਦੇ ਵਿੱਚ
ਭਾਈ ਪਾਰੋ ਜੀ ਬ੍ਰਹਮ ਗਿਆਨੀ ਦੀ ਪੋਤਰੀ ਬੀਬੀ ਦਮੋਦਰੀ ਜੀ ਮਾਤਾ ਜੀ ਦੇ ਨਾਲ ਜਦੋਂ ਛੇਵੇਂ ਪਾਤਸ਼ਾਹ ਦਾ ਵਿਆਹ ਕਰਨ ਗਏ ਬਰਾਤ ਲੈ ਕੇ, ਡੱਲੇ ਦੀ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਆਏ ਹੋ, ਮੁੜ ਕੇ ਪਤਾ ਨਹੀਂ ਆਪ ਜੀ ਨੇ ਆਉਣਾ ਨਹੀਂ ਆਉਣਾ, ਇਹ ਆਪ ਜੀ ਦੇ ਆਉਣ ਦੀ ਕੋਈ ਨਿਸ਼ਾਨੀ ਕਾਇਮ ਕਰ ਦਿਓ। ਮਹਾਰਾਜ ਕਹਿੰਦੇ ਇਸ ਪਿੰਡ 'ਚ 72 ਬ੍ਰਹਮ ਗਿਆਨੀ ਹੋਏ, ਅਸੀਂ 72 ਪੌੜੀਆਂ ਦੀ ਇੱਥੇ ਬੌਲੀ ਬਣਾਵਾਂਗੇ। ਬੌਲੀ ਸਾਹਿਬ ਦਾ ਟੱਕ ਲਾ ਕੇ, ਉਹ ਬੌਲੀ ਸਾਹਿਬ ਅਜੇ ਵੀ ਮੌਜੂਦ ਹੈ ਡੱਲੇ ਪਿੰਡ ਵਿੱਚ। ਸ਼੍ਰੀ ਸੁਲਤਾਨਪੁਰ ਸਾਹਿਬ ਤੋਂ 5-7 ਕਿਲੋਮੀਟਰ ਉਰਾਂ ਨੂੰ ਡੱਲਾ ਪਿੰਡ ਹੈ। ਦਾਸ ਨੇ ਇੱਕ ਦੋ ਵਾਰੀ ਦਰਸ਼ਨ ਕੀਤੇ। ਤੁਸੀਂ ਤਾਂ ਖਾਸ ਕਰਕੇ ਦੁਆਬੇ ਦੇ ਸਿੰਘ ਜ਼ਿਆਦਾ ਉੱਥੇ ਦਰਸ਼ਨ ਕਰਦੇ ਹੋ। ਦੂਜਾ ਜਲੰਧਰ ਦੇ ਲਾਗੇ ਕਰਤਾਰਪੁਰ ਨਗਰ ਵਸਾਇਆ, ਉੱਥੇ ਖੂਹ ਲਵਾਇਆ, ਉਹਦਾ ਨਾਮ ਰੱਖਿਆ ਗੰਗਸਰ, ਕਿਉਂਕਿ ਪੰਜਾਬ ਦੇ ਲੋਕ ਗੰਗਾ ਨਹਾਉਣ ਜਾਂਦੇ ਸੀਗੇ, ਬੜੀ ਦੂਰ ਜਾਂਦੇ ਸੀ, ਫਿਰ ਅੱਗੇ ਗੰਗਾ ਜਾ ਕੇ ਵੀ ਪੰਡਿਤ ਲੋਕ ਜੇਬਾਂ ਖਾਲੀ ਕਰਵਾ ਲੈਂਦੇ ਸੀ ਅਤੇ ਮਿਲਦਾ ਕੁਛ ਨਹੀਂ ਸੀ, ਖੇਚਲ ਜ਼ਿਆਦਾ ਸੀ। ਮਹਾਰਾਜ ਕਹਿੰਦੇ ਇੱਥੇ ਹੀ ਗੰਗਾ ਬਣਾ ਦਿਆਂਗੇ, ਖੂਹ ਲਵਾ ਤਾ ਬੜਾ ਵੱਡਾ, ਕਹਿੰਦੇ ਇਹ ਗੰਗਸਰ। ਸਿੱਖ ਮੰਨ ਕੇ ਸਤ ਬਚਨ ਇਸ਼ਨਾਨ ਕਰਨ ਲੱਗੇ, ਦੁਆਬੇ ਦੇਵੀ ਮਾਝੇ ਦੇਵੀ ਉੱਥੇ ਇਸ਼ਨਾਨ ਕਰਦੇ। ਇੱਕ ਮੇਰੇ ਵਰਗਾ ਸ਼ੰਕਾਵਾਦੀ ਜਿਹਾ ਆ ਗਿਆ, ਕਹਿੰਦਾ ਮਹਾਰਾਜ ਗੰਗਾ ਤਾਂ ਬੜੀ ਵੱਡੀ, ਮੈਂ ਤਾਂ ਗੰਗਾ ਚੱਲਿਆ ਇਸ਼ਨਾਨ ਕਰਨ। ਮਹਾਰਾਜ ਕਹਿੰਦੇ ਚੰਗਾ ਭਾਈ, ਵੈਸੇ ਤਾਂ ਇੱਥੇ ਹੀ ਕਰ ਲਾ ਤਾਂ ਠੀਕ ਹੈ, ਪਰ ਜੇ ਤੂੰ ਨਹੀਂ ਮੁੜਦਾ ਜਾਇਆ ਅਸੀਂ ਰੋਕਦੇ ਵੀ ਨਹੀਂ, ਇੱਕ ਕੰਮ ਕਰੀ ਆ, ਸਾਡੀ ਗੜਵੀ ਲੈ ਜਾ, ਸਾਡੇ ਵਾਸਤੇ ਗੰਗਾ ਵਿੱਚੋਂ ਜਲ ਲੈ ਆਵੀਂ, ਅਸੀਂ ਵੀ ਗੰਗਾ ਜਲ ਛੱਕ ਲਾਂਗੇ। ਉਹ ਕਹਿੰਦਾ ਸਤ ਬਚਨ ਗੜਵੀ ਦੇ ਤੀ ਸੱਚੇ ਪਾਤਸ਼ਾਹ ਨੇ, ਉਹ ਗੜਵੀ ਲੈ ਕੇ ਗਿਆ। ਜਦੋਂ ਉੱਥੇ ਹਰਿਦੁਆਰ ਹਰ ਕੀ ਪੌੜੀ ਇਸ਼ਨਾਨ ਕਰਕੇ ਪਾਣੀ ਭਰਨ ਲੱਗਾ ਨਾ ਮਹਾਰਾਜ ਦੇ ਵਾਸਤੇ ਗੰਗਾ ਜਲ ਭਰਨ ਲੱਗਾ, ਉਹ ਪਾਣੀ ਤੇਜ਼ ਸੀਗਾ, ਗੜਵੀ ਹੱਥੋਂ ਛੁੱਟ ਗਈ, ਗੜਵੀ ਰੁੜ ਗਈ। ਵਿਚਾਰਾ ਵਾਪਸ ਆਇਆ, ਕਹਿੰਦਾ ਮਹਾਰਾਜ ਮੈਂ ਮਾਫ਼ੀ ਚਾਹੁੰਦਾ ਵੀ ਤੁਹਾਡਾ ਹੁਕਮ ਨਹੀਂ ਮੰਨ ਸਕਿਆ, ਮੈਂ ਜਲ ਲਿਆਉਣਾ ਸੀ ਪਰ ਗੜਵੀ ਮੇਰੇ ਹੱਥੋਂ ਰੁੜ ਗਈ, ਫੜ ਨਹੀਂ ਸਕਿਆ, ਨਦੀ ਬੜੀ ਤੇਜ਼ ਵਗਦੀ ਹਰਿਦੁਆਰ, ਬਹੁਤ ਗੋਲੀ ਵਰਗਾ ਪਾਣੀ ਪਹਾੜਾਂ ਤੋਂ ਡਿੱਗਦਾ ਨਾ, ਉਸ ਕਰਕੇ ਠੰਡਾ ਅਤੇ ਤੇਜ਼ ਰਫ਼ਤਾਰ ਹੁੰਦਾ, ਉਹਦੇ 'ਚ ਫੜਨੀ ਚੀਜ਼ ਬੜੀ ਮੁਸ਼ਕਲ। ਮਹਾਰਾਜ ਗੜਵੀ ਨਹੀਂ ਫੜ ਸਕਿਆ ਅਤੇ ਮੈਂ ਤੁਹਾਡੇ ਲਈ ਜਲ ਨਹੀਂ ਲਿਆਇਆ, ਮਾਫ਼ ਕਰਨਾ। ਮਹਾਰਾਜ ਕਹਿੰਦੇ ਇੰਝ ਕਰ, ਗੰਗਸਰ ਵਿੱਚ ਸਾਡੇ ਸਰੋਵ ਖੂਹ ਵਿੱਚ ਵੇਖੀ, ਜਦੋਂ ਨੇ ਖੂਹ 'ਚ ਵੇਖਿਆ ਤਾਂ ਗੜਵੀ ਵਿੱਚ ਤਰਦੀ ਪਈ। ਕਹਿੰਦਾ ਮਹਾਰਾਜ ਇਹ ਕੀ ਗੱਲ, ਗੜਵੀ ਤਾਂ ਇੱਥੇ ਆਈ ਹੈ। ਮਹਾਰਾਜ ਤੈਨੂੰ ਕਹਿੰਦੇ ਤੈਨੂੰ ਕਿਹਾ ਸੀ ਨਾ ਵੀ ਗੰਗਾ ਇੱਥੇ ਆਉਂਦੀ ਹੈ, ਤੈਨੂੰ ਕਿਹਾ ਸੀ ਤੂੰ ਮੰਨਿਆ ਨਹੀਂ, ਆਹ ਦੇਖ ਲੈ ਗੰਗਾ ਆਈ ਹੋਈ ਇੱਥੇ, ਜਿੱਥੇ ਸਾਧੂ ਨਾਮ ਜਪਦੇ ਨੇ 68 ਤੀਰਥ ਜੈ ਸਾਧ ਭਗਤ ਰਹਿ, ਜਿੱਥੇ ਨਾਮ ਜਪਣ ਵਾਲੇ ਦੇ ਚਰਨ ਪੈਂਦੇ 68 ਤੀਰਥ ਉੱਥੇ ਆ ਜਾਂਦੇ। ਪੰਜਵੇਂ ਪਾਤਸ਼ਾਹ ਨੇ ਸ਼੍ਰੀ ਕਰਤਾਰਪੁਰ ਸਾਹਿਬ ਨਗਰ ਦੁਆਬੇ ਜਲੰਧਰ 'ਚ ਵਸਾ ਕੇ ਸਿੱਖਾਂ ਨੂੰ ਵਹਿਮਾਂ ਭਰਮਾਂ 'ਚੋਂ ਕੱਢਿਆ ਅਤੇ ਆਪਣਾ ਸਰੋਵਰ, ਆਪਣੇ ਖੂਹ, ਆਪਣੀਆਂ ਬੌਲੀਆਂ ਇਸ਼ਨਾਨ ਕਰੋ, ਨਾਮ ਜਪੋ, ਤੀਰਥ ਨਹਾਵਣ ਜਾਓ। ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਦਰ ਗਿਆਨ ਹੈ, ਇਹ ਬਚਨ ਮਹਾਰਾਜ ਨੇ ਸਮਝਾਏ। ਚੌਹਾਂ ਦਿਸ਼ ਉੱਜਲ ਜਸ ਵਿਸਤਾਰਾ, ਗੁਰੂ ਅਰਜਨ ਦੇਵ ਜੀ ਦਾ ਚਾਰੇ ਪਾਸੇ ਜਸ ਫੈਲ ਗਿਆ, ਜੈ ਜੈਕਾਰ ਹੋਈ। ਜਦੋਂ ਪੰਜਾਬ 'ਚ ਕਾਲ ਪੈ ਗਿਆ ਸੀ, ਸਾਧ ਸੰਗਤ ਜੀ ਸਰਕਾਰ ਦੇ ਵੀ ਹੱਥ ਖੜ੍ਹੇ ਹੋ ਗਏ ਸੀ, ਜਹਾਂਗੀਰ ਬਾਦਸ਼ਾਹ ਦੇ ਹੱਥ ਖੜ੍ਹੇ ਹੋ ਗਏ। ਅਕਬਰ ਬਾਦਸ਼ਾਹ ਦਾ ਰਾਜ ਸੀ ਪਹਿਲਾਂ, ਫਿਰ ਜਹਾਂਗੀਰ ਦਾ ਰਾਜ ਆਇਆ। ਕਹਿੰਦੇ ਬਾਦਸ਼ਾਹ ਰੋਟੀ ਨਹੀਂ ਪੂਰੀ ਕਰ ਸਕਿਆ ਲੋਕਾਂ ਦੀ, ਅੰਨ ਇੰਨਾ ਮਹਿੰਗਾ ਹੋ ਗਿਆ, ਪੰਜਾਬ 'ਚ ਭੁੱਖਮਰੀ ਪੈ ਗਈ, ਲੋਕ ਪੰਜਾਬ ਛੱਡ ਕੇ ਜਾਣ ਲੱਗੇ। ਗੁਰੂ ਅਰਜਨ ਦੇਵ ਜੀ ਨੇ
ਪੰਜਾਬ ਦੇ ਸਾਰੇ ਸ਼ਹਿਰਾਂ ਵੱਡਿਆਂ 'ਚ ਲੰਗਰ ਲਵਾ ਤੇ, ਕਸਬਿਆਂ 'ਚ ਲੰਗਰ ਲਵਾ ਤੇ, ਲਾਹੌਰ ਸ਼ਹਿਰ ਬੜਾ ਵੱਡਾ ਲੰਗਰ ਲਵਾਇਆ, ਅੰਮ੍ਰਿਤਸਰ, ਤਰਨ ਤਾਰਨ, ਜਿੰਨੇ ਮਾਝੇ ਦੁਆਬੇ 'ਚ ਲੰਗਰ ਲਾ ਤੇ ਥਾਂ ਥਾਂ 'ਤੇ, ਵੀ ਗਰੀਬ ਗੁਰਬਾ ਰੋਟੀ ਖਾਵੇ। ਇੰਨੀ ਕਲਾ ਵਰਤਾਈ, ਬਾਦਸ਼ਾਹ ਵੀ ਹੈਰਾਨ ਸੀ ਵੀ ਇਹ ਕਿੱਥੋਂ ਆ ਰਿਹਾ। ਕਹਿਣ ਲੱਗੇ ਗੁਰੂ ਨਾਨਕ ਦੇ 20 ਰੁਪਈਆਂ ਦਾ ਪ੍ਰਤਾਪ। ਇਸ ਤਰ੍ਹਾਂ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਪ੍ਰਤਾਪ ਹੋਇਆ, ਉਹਨਾਂ ਦੀ ਮਹਿਮਾ ਹੋਈ ਹੈ ਵੀ ਸਾਰੀ ਦੁਨੀਆ ਹੀ ਉਹਨਾਂ ਦੀ ਵਡਿਆਈ ਤੋਂ ਪ੍ਰਭਾਵਿਤ ਹੋਈ। ਹਾਂਜੀ, ਕਰਤਿਓ ਬੀਤੇ ਸੁਸ਼ਟ ਆਚਾਰਾ। ਮਹਾਰਾਜ ਬੜਾ ਚੰਗਾ ਆਚਰਣ ਕਰਕੇ, ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਦੁਨੀਆ ਦਾ ਭਲਾ ਕਰਕੇ ਸ਼ਹੀਦੀ ਪਾ ਗਏ, ਸੱਚਖੰਡ ਚਲੇ ਗਏ। ਤਿੰਨ ਕੇ ਸੁੱਤ ਇਹ ਗਾਦੀ ਪੈਸੇ। ਪਰ ਹੁਣ ਨਿੰਦਕ ਕਹਿੰਦੇ ਨੇ, ਕਹਿੰਦੇ ਚਲੋ ਉਹ ਤਾਂ ਬੜੇ ਮਹਾਂਪੁਰਸ਼ ਸੀ, ਗੁਰੂ ਰਾਮਦਾਸ ਜੀ ਵੀ ਅਤੇ ਗੁਰੂ ਅਰਜਨ ਦੇਵ ਜੀ ਵੀ, ਇਹ ਉਹਨਾਂ ਦੇ ਪੁੱਤਰ ਜਿਹੜੇ ਬੈਠੇ ਨੇ ਗੁਰੂ ਹਰਗੋਬਿੰਦ ਸਾਹਿਬ। ਭਏ ਨਾ ਪਿਤਾ ਪਿਤਾਮਾ ਜੈਸੇ। ਇਹ ਆਪਣੇ ਪਿਓ ਦਾਦੇ ਵਰਗੇ ਨਹੀਂ ਲੱਗਦੇ, ਇਹਨਾਂ ਦਾ ਤਾਂ ਕੰਮ ਹੋਰ ਹੀ ਹੈ ਕੋਈ। ਇਹਦਾ ਨਾਂ ਗੁਰੂ ਅਰਜਨ ਦੇਵ ਜੀ ਵਰਗੀ ਇਹਨਾਂ ਦੀ ਸ਼ਾਂਤੀ ਹੈ, ਅਤੇ ਨਾਂ ਗੁਰੂ ਰਾਮਦਾਸ ਵਰਗਾ ਇਹਨਾਂ ਦਾ ਪ੍ਰਤਾਪ ਹੈ, ਵੈਰਾਗ ਹੈ। ਇਹ ਤਾਂ ਬਸ ਹੋਰ ਹੀ ਗੱਲਾਂ ਕਰਦੇ ਨੇ। ਆ ਗਏ ਪਾਤਸ਼ਾਹ ਘਰ ਆਵਤ। ਅੱਗੇ ਨਾ ਗੁਰੂ ਨਾਨਕ ਦੇ ਘਰ ਮੱਥਾ ਟੇਕਣ ਲਈ ਬਾਦਸ਼ਾਹ ਆਉਂਦੇ ਹੁੰਦੇ ਸੀ। ਗੁਰੂ ਨਾਨਕ ਦੇਵ ਜੀ ਕੋਲ ਬਾਬਰ ਆਇਆ, ਸ੍ਰੀ ਗੁਰੂ ਅੰਗਦ ਦੇਵ ਜੀ ਕੋਲ ਹਮਾਇੂੰ ਆਇਆ ਖੰਡੂਰ ਸਾਹਿਬ, ਅਤੇ ਅਕਬਰ ਨੰਗੇ ਪੈਰੀਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਕੋਲ ਆਇਆ। ਬਾਦਸ਼ਾਹ ਮੱਥਾ ਟੇਕਣ ਆਉਂਦੇ ਸਨ। ਗੁਰ ਗਾਦੀ ਕੋ ਸੀਸ ਨਿਵਾਵਤ। ਗੁਰਤਾ ਗਦੀ ਨੂੰ ਸੀਸ ਝੁਕਾਉਂਦੇ ਸਨ। ਇਹ ਸ਼ਾਹਨ ਕੇ ਪਾਸ ਪਧਾਰੇ। ਪਰ ਇਹਨਾਂ ਨੂੰ ਤੇ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇ 'ਚ ਬੰਦ ਕਰ ਦਿੱਤਾ ਹੈ। ਦੁਰਗ ਕੈਦ ਥਲ ਬਸੇ ਮਜਾਰੇ। ਜਿੱਥੇ ਕੈਦੀ ਰੱਖੇ ਜੇਲ੍ਹ ਵਿੱਚ, ਗਵਾਲੀਅਰ ਦੀ ਜੇਲ੍ਹ ਵਿੱਚ, ਉੱਥੇ ਛੇਵੇਂ ਪਾਤਸ਼ਾਹ ਨੂੰ ਰੱਖਿਆ। ਇਹਨਾਂ ਦਾ ਕਿੱਥੇ ਉਹਨਾਂ ਦਾ ਸਤਿਕਾਰ ਸੀ, ਗੁਰੂ ਰਾਮਦਾਸ ਜੀ ਦਾ, ਗੁਰੂ ਅਮਰਦਾਸ ਜੀ ਦਾ, ਗੁਰੂ ਅੰਗਦ ਦੇਵ ਜੀ ਦਾ, ਗੁਰੂ ਨਾਨਕ ਦੇਵ ਜੀ ਦਾ, ਅਤੇ ਕਿੱਥੇ ਇਹਨਾਂ ਨੂੰ ਜੇਲ੍ਹਾਂ ਕੱਟਣੀਆਂ ਪੈ ਰਹੀਆਂ ਨੇ। ਅਪਰ ਨਰੇਸ਼ ਦੇਸ਼ ਕੇ ਜੈਸੇ। ਜਿਵੇਂ ਹੋਰ ਮੁਲਕ ਦੇ ਰਾਜੇ 52 ਰਾਜੇ ਫੜ ਕੇ ਕੈਦ ਕੀਤੇ ਸੀਗੇ ਗਵਾਲੀਅਰ, ਇਵੇਂ ਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਉੱਥੇ ਭੇਜਤਾ ਬਾਦਸ਼ਾਹ ਨੇ। ਇਨਹੋ ਆਪਣਾ ਗਤ ਠਾਨੀ ਤੈਸੇ। ਫਿਰ ਉਹ ਨਿੰਦਕ ਕਹਿੰਦੇ ਨੇ, ਇਹਦੇ 'ਚ ਕਿਸੇ ਦਾ ਕਸੂਰ ਥੋੜ੍ਹਾ, ਇਹਨਾਂ ਨੇ ਆਪ ਹੀ ਇੱਦਾਂ ਕਰਾਇਆ। ਇਹਨਾਂ ਨੂੰ ਕੀ ਲੋੜ ਸੀ ਬੰਦੂਕਾਂ ਰੱਖਣ ਦੀ, ਹਥਿਆਰ ਰੱਖਣ ਦੀ, ਘੋੜੇ ਰੱਖਣ ਦੀ, ਤਖਤ ਬਣਾਉਣ ਦੀ, ਆ ਫੌਜਾਂ ਬਣਾਉਣ ਦੀ ਕੀ ਲੋੜ ਸੀ? ਇਹ ਇੱਦਾਂ ਕੀਤਾ ਤਾਂ ਹੀ ਸਰਕਾਰ ਨੇ ਅੰਦਰ ਕੀਤਾ। ਪਹਿਲੇ ਗੁਰੂਆਂ ਨੂੰ ਕਿਉਂ ਨਹੀਂ ਫੜਿਆ? ਪਹਿਲੇ ਗੁਰੂਆਂ ਨੂੰ ਕਿਉਂ ਨਹੀਂ ਅੰਦਰ ਕੀਤਾ? ਇਹਨਾਂ ਅੰਨਿਆਂ ਨੂੰ ਇਹ ਪੁੱਛੇ ਵੀ ਗੁਰੂ ਅਰਜਨ ਦੇਵ ਜੀ ਨਾਲ ਸਰਕਾਰ ਨੇ ਕੀ ਕੀਤਾ? ਆਖੋ ਸ੍ਰੀ ਵਾਹਿਗੁਰੂ। ਉਹ ਨਹੀਂ ਦੇਖਦੇ, ਉਹ ਗੱਲਾਂ ਸਾਰੀਆਂ ਭੁਲਾ ਕੇ ਜਿਹਨੇ ਨਿੰਦਾ ਕਰਨੀ ਹੁੰਦੀ, ਨਿੰਦਾ ਹੀ ਕਰਨੀ ਹੈ। ਉਹਨੇ ਚੰਗਿਆਈਆਂ ਨਹੀਂ ਵੇਖਣੀਆਂ, ਬੁਰਿਆਈਆਂ ਹੀ ਵੇਖਣੀਆਂ। ਉਹ ਸਰਕਾਰ ਦੇ ਪੱਖੀ ਬੋਲਣ ਲੱਗ ਪਏ ਸਿੱਖ, ਕਹਿੰਦੇ ਦੇਖੋ ਅੱਗੇ ਤਾਂ ਗੁਰੂਆਂ ਨੂੰ ਬਾਦਸ਼ਾਹ ਮੱਥਾ ਟੇਕਦੇ ਸੀ, ਇਹਨਾਂ ਨੂੰ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇ 'ਚ ਨਜ਼ਰਬੰਦ ਕੀਤੀ ਰੱਖਿਆ ਹੈ। ਹੋਏ ਨਿਰਦੈ ਚੰਦੂ ਕੋ ਮਾਰਾ। ਹੋਰ ਦੇਖੋ, ਚੰਦੂ ਨੂੰ ਬੜਾ ਇਹਨਾਂ ਨੇ ਦੁੱਖ ਦੇ ਕੇ ਮਾਰਿਆ। ਘੁਆਂਦੇ ਆਪਣੇ ਆਪ ਨੂੰ ਸਿੱਖ ਨੇ, ਪੱਗਾਂ ਵੀ ਬੰਨੀਆਂ, ਅੱਜ ਦੀ ਵੀ ਹਾਲਤ ਹੈ, ਅੱਜ ਵੀ ਇਹੀ ਕੁਛ ਹੈ, ਪਰ ਫੁੱਫੜ ਕਿਸੇ ਹੋਰ ਨੂੰ ਬਣਾ ਲੈਂਦੇ ਆ।
ਆਪਣੇ ਗੁਰੂ ਨੂੰ ਛੱਡ ਦਿੰਦੇ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਪਮਾ ਦੂਜਿਆਂ ਦੀ ਕਰਦੇ ਆ, ਆਪਣੇ ਗੁਰੂ ਨੂੰ ਇਹੋ ਜਿਹੇ ਸਿੱਖਾਂ ਤੋਂ ਲੈਣਾ ਕੀ ਹੈ ਖਾਲਸਾ ਜੀ? ਉਹ ਕਹਿੰਦੇ ਦੇਖੋ ਗੁਰੂ ਹਰਗੋਬਿੰਦ ਨੇ ਚੰਦੂ ਨੂੰ ਕਿੰਨਾ ਦੁੱਖ ਦੇ ਕੇ ਮਾਰਿਆ, ਇਹ ਭੁੱਲ ਗਏ ਨੇ ਵੀ ਚੰਦੂ ਨੇ ਗੁਰੂ ਅਰਜਨ ਦੇਵ ਜੀ ਨਾਲ ਕੀ ਕੀਤਾ ਸੀ। ਉਹ ਨਹੀਂ ਯਾਦ ਕਰਦੇ, ਉਹ ਨਹੀਂ ਯਾਦ ਕਰਦੇ। ਉੱਧਰ ਕਹਿੰਦੇ ਵੀ ਚੰਦੂ ਨੂੰ ਮਾਰਿਆ, ਵੀ ਤੁਹਾਡਾ ਚੰਦੂ ਕੀ ਲੱਗਦਾ ਸੀ? ਚੰਦੂ ਦੀ ਤੁਹਾਨੂੰ ਬੜਾ ਹੇਜ ਆਉਂਦਾ, ਬੜੀ ਤੁਹਾਨੂੰ ਤਰਸ ਆਉਂਦਾ, ਨਿੰਦਾ ਕਰਨੀ ਹੈ ਬਸ, ਇਸ ਤੋਂ ਬਾਅਦ ਇਹਨਾਂ ਦੇ ਪੱਲੇ ਕੱਖ ਨਹੀਂ, ਕਰ ਨਹੀਂ ਕੁਛ ਸਕਦੇ। ਨਹੀਂ ਦਇਆ ਕੋ ਲੇਸ਼ ਵਿਚਾਰਾ। ਕਹਿੰਦੇ ਨੇ ਇਹ ਗੁਰੂ ਅਰਜਨ ਦੇ ਗੁਰੂ ਹਰਗੋਬਿੰਦ ਦੇ ਮਨ 'ਚ ਦਇਆ ਹੀ ਕੋਈ ਨਹੀਂ, ਤਰਸ ਹੀ ਕੋਈ ਨਹੀਂ। ਉਹ ਵਿਚਾਰਾ ਚੰਦੂ, ਉਹਦੀ ਨੱਕ ਪਾੜ ਦਿੱਤੀ, ਉਹਨੂੰ ਜੁੱਤੀਆਂ ਮਾਰਦੇ ਰਹੇ, ਉਹਨੂੰ ਕੁੱਤਿਆਂ 'ਚ ਬੰਨ੍ਹ ਕੇ ਰੱਖਿਆ, ਉਹਨੂੰ ਦਿੱਲੀਓਂ ਘੜੀਸ ਘੜੀਸ ਕੇ ਲਾਹੌਰ ਤੱਕ ਜੁੱਤੀਆਂ ਮਰਵਾਉਂਦੇ ਰਹੇ, ਫਿਰ ਉਹਨੂੰ ਬੜੀ ਬੁਰੀ ਹਾਲਤ ਕਰਕੇ ਮਾਰ ਕੇ ਕੁੱਤਿਆਂ ਦੀ ਤਰ੍ਹਾਂ ਘੜੀਸ ਕੇ ਬਾਹਰ ਸੁੱਟ ਕੇ ਆਏ। ਇਹ ਇਹਨਾਂ ਨੇ ਕੰਮ ਕੀਤਾ, ਗੁਰੂ ਇੱਦਾਂ ਥੋੜ੍ਹਾ ਕਰਦੇ ਨੇ, ਗੁਰੂ ਇੱਦਾਂ ਥੋੜ੍ਹਾ ਕਰਦੇ ਨੇ, ਇਹ ਤਾਂ ਬੜੇ ਨਿਰਦਈ ਨੇ। ਹਾਂਜੀ, ਸ਼ਾਹੋ ਸੰਗ ਪੁਨ ਆਵਤ ਜਾਵ। ਫਿਰ ਬਾਦਸ਼ਾਹ ਦੇ ਨਾਲ ਬਹਿੰਦੇ ਉੱਠਦੇ ਨੇ, ਬਾਦਸ਼ਾਹ ਕੋਲ ਆਉਂਦੇ ਜਾਂਦੇ ਨੇ। ਗੁਰੂਆਂ ਨੂੰ ਕੀ ਲੋੜ ਹੈ ਬਾਦਸ਼ਾਹ ਕੋਲ ਆਉਣ ਜਾਣ ਦੀ? ਜਹਾਂਗੀਰ ਕੋਲ ਚਲੇ ਜਾਂਦੇ ਨੇ, ਜਹਾਂਗੀਰ ਇਹਨਾਂ ਕੋਲ ਆ ਜਾਂਦਾ। ਇਹ ਗੱਲ ਵੀ ਠੀਕ ਨਹੀਂ। ਜਥਾ ਔਰ ਤਿੰਨ ਕੋਮ ਰਾਵ। ਇਹ ਗੁਰੂਆਂ ਨੂੰ ਨਹੀਂ ਸੋਭਦਾ, ਇਹ ਤਾਂ ਜਿਵੇਂ ਸਰਕਾਰੀ ਅਫਸਰ ਹੁੰਦੇ ਨੇ ਬਾਦਸ਼ਾਹ ਨੂੰ ਮਿਲਦੇ ਗਿਲਦੇ ਨੇ, ਇਹ ਉੱਦਾਂ ਮਿਲਦੇ ਨੇ ਜਾ ਕੇ। ਨਹੀਂ ਵਿਚਾਰੀ ਆਪਣ ਵਡਾਈ। ਨਿੰਦਕ ਸਿੱਖ, ਸਿੱਖ ਤਾਂ ਕਹਿਣਾ ਪੈਂਦਾ ਕਿਉਂਕਿ ਸਿੱਖਾਂ ਦੇ ਵਿੱਚ ਰਹਿੰਦੇ ਨੇ। ਆਖੋ ਸ੍ਰੀ ਵਾਹਿਗੁਰੂ। ਸਿੱਖ ਤਾਂ ਨਹੀਂ ਪਰ ਕੜਾ ਪ੍ਰਸ਼ਾਦ ਛਕਣ ਨੂੰ, ਲੰਗਰ ਪ੍ਰਸ਼ਾਦਾ ਛਕਣ ਨੂੰ ਸਿੱਖ ਬਣੇ ਹੋਏ, ਸਿੱਖਾਂ ਵਾਲਾ ਬਾਣਾ ਪਾਇਆ ਹੋਇਆ, ਸਿੱਖ ਨਹੀਂ। ਕਹਿੰਦੇ ਨੇ ਇਹ ਗੁਰੂ ਹਰਗੋਬਿੰਦ ਨੇ ਆਪਣੀ ਵਡਿਆਈ ਨਹੀਂ ਵਿਚਾਰੀ, ਆਪਣੀ ਇੱਜ਼ਤ ਦਾ ਖਿਆਲ ਨਹੀਂ ਕੀਤਾ। ਦੇਖੋ ਇਹਨਾਂ ਨੇ ਚੰਦੂ ਨੂੰ ਕਿਵੇਂ ਮਾਰਿਆ ਅਤੇ ਸਰਕਾਰ ਨਾਲ ਕਿਵੇਂ ਵਰਤਦੇ ਨੇ। ਜਹਾਂਗੀਰ ਟਿਗ ਬਸੇ ਤਦਾਈ। ਅਤੇ ਬਾਦਸ਼ਾਹ ਕੋਲ, ਜਹਾਂਗੀਰ ਕੋਲ ਰਹੇ ਨੇ ਜਾ ਕੇ। ਸੰਗ ਲਾਹੌਰ ਬਾਸ ਬਹੁ ਕਰਕੇ। ਲਾਹੌਰ ਵੀ ਬਾਦਸ਼ਾਹ ਦੇ ਕੋਲ ਰਹੇ ਨੇ, ਦਿੱਲੀ ਵੀ ਬਾਦਸ਼ਾਹ ਦੇ ਕੋਲ ਰਹੇ ਨੇ। ਕਾਜ਼ੀ ਦੋਹਤਾ ਆਨੀ ਹਰਕਾ। ਅਤੇ ਉਹ ਕਾਜ਼ੀ ਦੀ ਕੁੜੀ ਕੌਲਾਂ ਉਹ ਵੀ ਲੈ ਆਏ ਨੇ, ਉਹ ਕਾਜ਼ੀ ਦੀ ਲੜਕੀ ਲੈ ਆਏ ਨੇ, ਮੁਸਲਮਾਨੀ ਗੁਰੂ ਘਰ 'ਚ, ਉਹਦਾ ਕੀ ਕੰਮ ਹੈ? ਹਾਂਜੀ, ਕਰਿਓ ਕਾਜ ਇਹ ਦੀਰਘ ਖੋਟਾ। ਕਹਿੰਦੇ ਇਹ ਬੜਾ ਮਾੜਾ ਕੰਮ ਕੀਤਾ। ਇਹ ਨਹੀਂ ਸੋਚਦੇ ਵੀ ਕਾਜ਼ੀ ਆਪਣੀ ਧੀ ਨੂੰ ਕਿਵੇਂ ਮਾਰਦਾ ਸੀ, ਬਾਣੀ ਪੜ੍ਹਨ ਤੋਂ ਰੋਕਦਾ ਸੀ। ਉਹ ਵਿਚਾਰੀ ਸੁਖਮਣੀ ਸਾਹਿਬ ਪੜ੍ਹਦੀ ਸੀ ਅਤੇ ਇਹ ਕਹਿੰਦਾ ਸੀ ਕਾਜ਼ੀ ਵੀ ਤੂੰ ਗੁਰੂ ਦੀ ਬਾਣੀ ਕਿਉਂ ਪੜ੍ਹਦੀ ਹੈ? ਅਤੇ ਕਸਾਈ ਮੀਆਂ ਮੀਰ ਜੀ ਨੇ, ਬਾਬਾ ਬੁੱਢਾ ਜੀ ਨੇ ਉਹਨੂੰ ਗੁਰੂ ਸ਼ਰਨ ਵਿੱਚ ਲਿਆਂਦਾ। ਅਤੇ ਉਹ ਹੁਣ ਉਹ ਪੱਖ ਤਾਂ ਨਹੀਂ ਦੇਖਦੇ ਨਿੰਦਕ, ਬਸ ਉਹ ਕਾਜ਼ੀ ਦੀ ਕੁੜੀ ਕਿਉਂ ਆ ਗਈ ਜੀ, ਗੁਰੂ ਘਰ 'ਚ ਕਿਉਂ ਰਹਿੰਦੀ ਹੈ ਮੁਸਲਮਾਨੀ, ਉਹ ਬਦਨਾਮੀ ਕਰਦੇ ਹਨ। ਜਾਨ ਤੇਜ ਬੜ ਕਿਨਹੋ ਨਾ ਹੋਟਾ। ਹਾਂ, ਕਹਿੰਦੇ ਇਹਨਾਂ ਦਾ ਤੇਜ ਪ੍ਰਤਾਪ ਇੰਨਾ ਡਰਦਾ ਮਾਰਾ, ਕਾਜ਼ੀ ਵੀ ਕੁਛ ਨਹੀਂ ਕਰ ਸਕੇ। ਕਾਜ਼ੀ ਨੇ ਮਾਰੀਆਂ ਤਾਂ ਸਨ ਛੜੀਆਂ ਬੜੀਆਂ, ਪਰ ਸੁਣੀ ਨਹੀਂ ਬਾਦਸ਼ਾਹ ਨੇ, ਉੱਥੇ ਗੱਲ ਬਣੀ ਨਹੀਂ। ਝੂਠਾ ਜੋ ਸੀ ਨਾ ਭਾਈ ਵਜ਼ੀਰ ਖਾਂ ਨੇ ਦੱਸਤਾ ਬਾਦਸ਼ਾਹ ਨੂੰ। ਭਾਈ ਵਜ਼ੀਰ ਖਾਂ ਜਿਹੜਾ ਸੀ ਉਹ ਦੋ ਪਾਠ ਸੁਖਮਣੀ ਸਾਹਿਬ ਦੇ ਰੋਜ਼ ਕਰਦਾ ਸੀ, ਬੜਾ ਵੱਡਾ ਪੰਜਾਬ ਦਾ ਗਵਰਨਰ ਸੀ। ਉਹ ਕਹਿਣ ਲੱਗਾ ਜੀ, ਕਾਜ਼ੀ ਰੋਂਦਾ ਪਿੱਟਦਾ ਗਿਆ ਬਾਦਸ਼ਾਹ ਕੋਲ, ਮੇਰੀ ਕੁੜੀ ਲੈ ਕੇ
ਉਹ ਕਹਿੰਦੇ ਇਹਨੇ ਆਪਣੀ ਕੁੜੀ ਆਪ ਕੱਢੀ ਹੈ ਘਰੋਂ ਮਾਰ ਮਾਰ ਕੇ। ਇਹ ਮਾਰਦਾ ਸੀ ਉਹ ਵਿਚਾਰੀ ਗੁਰੂ ਦੀ ਸ਼ਰਨ ਚਲੀ ਗਈ, ਰੋਟੀ ਨਹੀਂ ਸੀ ਦਿੰਦਾ, ਉਹ ਕਲਾਮ ਪੜ੍ਹਦੀ ਸੀ, ਬਾਣੀ ਪੜ੍ਹਦੀ ਸੀ, ਸੁਖਮਣੀ ਸਾਹਿਬ ਪੜ੍ਹਦੀ ਸੀ। ਇਹ ਕਹਿੰਦਾ ਵੀ ਕਿਉਂ ਪੜ੍ਹਦੀ ਹੈ, ਉਹ ਕੁੜੀ ਕਿੱਥੇ ਜਾਂਦੀ, ਗਲਤੀ ਇਹਦੀ ਹੈ। ਕਹਿੰਦੇ ਬਾਦਸ਼ਾਹ ਕਹਿੰਦੇ ਚੱਲ ਝੂਠਾ ਤੂੰ, ਉਹਦੀ ਸੁਣੀ ਨਹੀਂ। ਉਹ ਸਿੱਖ ਜਿਹੜੇ ਹੁਣ ਕਾਜੀ ਦੇ ਪੱਖੀ ਬਣੇ ਬੈਠੇ ਜਨਿੰਦਕ, ਕਹਿੰਦੇ ਦੇਖੋ ਕਾਜੀ ਵਿਚਾਰਾ ਰੋਂਦਾ ਰਿਹਾ, ਉਹਦੀ ਪੇਸ਼ ਨਹੀਂ ਕੋਈ ਗਈ। ਨਿੰਦਾ ਕਰਨੀ ਹੋਵੇ ਨਾ, ਕਿੱਦਾਂ ਲੋਕ ਨਿੰਦਾ ਕਰਦੇ ਆ, ਗੁਣਾਂ ਨੂੰ ਵੀ ਔਗਣ ਬਣਾ ਦਿੰਦੇ ਸਾਧਸੰਗ ਜੀ। ਨਿੰਦਾ ਕਰਨੀ ਹੋਵੇ ਨਾ, ਕਿਸੇ ਦੇ ਗੁਣ ਨੂੰ ਵੀ ਔਗਣ ਬਣਾ ਦਿੰਦੇ ਆ, ਨਿੰਦਕ ਬੜੇ ਜ਼ਾਲਮ ਹੁੰਦੇ। ਹਾਂਜੀ, ਆਨ ਆਪਨੇ ਸਜਨ ਬਸਾਈ, ਕਹਿੰਦੇ ਦੇਖੋ ਕਾਜੀ ਦੀ ਕੁੜੀ ਇੱਥੇ ਲਿਆ ਕੇ ਰੱਖ ਲਈ ਅੰਮ੍ਰਿਤਸਰ ਦੇ ਵਿੱਚ, ਨਹੀਂ ਲਖੀ ਨਿਜ ਬੰਸ਼ ਵਢਾਈ, ਆਪਣੀ ਸੋਢੀ ਕੁੱਲ ਦੀ, ਆਪਣੀ ਗੁਰੂ ਨਾਨਕ ਦੀ ਗੱਦੀ ਦੀ ਵਡਿਆਈ ਨਹੀਂ ਸੋਚੀ ਵੀ ਸਾਡੇ 'ਤੇ ਕਿੰਨਾ ਇਲਜ਼ਾਮ ਆਵੇਗਾ। ਸਾਧ ਸੰਗਤ ਜੀ, ਜਿਨ੍ਹਾਂ ਨੇ ਕਿਸੇ ਦੀ ਮਦਦ ਕਰਨੀ ਹੁੰਦੀ, ਜਿਨ੍ਹਾਂ ਨੇ ਕਿਸੇ ਨੂੰ ਪਾਲਣਾ ਹੁੰਦਾ, ਉਹ ਜਿਨ੍ਹਾਂ ਨੇ ਧਰਮ ਰੱਖਣਾ ਹੁੰਦਾ, ਉਹ ਨਿੰਦਾ ਦੀ ਪਰਵਾਹ ਥੋੜ੍ਹਾ ਕਰਦੇ ਨੇ। ਅਤੇ ਜਿਹੜੇ ਨਿੰਦਾ ਦੀ ਪਰਵਾਹ ਕਰਦੇ ਨੇ ਉਹ ਕਦੀ ਸੱਚ ਨਹੀਂ ਬੋਲ ਸਕਦੇ, ਉਹ ਕਦੀ ਕਿਸੇ ਦੀ ਮਦਦ ਨਹੀਂ ਕਰ ਸਕਦੇ, ਉਹ ਕਦੀ ਕਿਸੇ ਦੁਖੀ ਦੀ ਬਾਂਹ ਨਹੀਂ ਫੜ ਸਕਦੇ। ਇਸ ਇਹੀ ਤਾਂ ਬਸ ਮਹਾਂਪੁਰਸ਼ਾਂ ਵਿੱਚ ਅਤੇ ਸਾਡੇ ਲੋਕਾਂ 'ਚ ਫਰਕ ਹੈ। ਉਹ ਕਹਿੰਦੇ ਮਹਾਂਪੁਰਸ਼ ਤੁਰੇ ਜਾਂਦੇ ਦੋ ਨੌਜਵਾਨ ਸਾਧੂ ਸਨ ਅਤੇ ਪਾਣੀ ਖੜ੍ਹਾ ਛੜ ਚੁਰਾਏ ਦੇ ਵਿੱਚ, ਨੌਜਵਾਨ ਲੜਕੀ 18-19 ਸਾਲ ਦੀ ਖੜ੍ਹੀ, ਅਤੇ ਉਹ ਵਿਚਾਰੀ ਪਾਰ ਨਹੀਂ ਲੰਘ ਸਕਦੀ, ਪਾਣੀ ਡੂੰਘਾ ਸੀ। ਇੱਕ ਸਾਧੂ ਨੇ ਚੁੱਕਿਆ, ਪਰਲੇ ਪਾਸੇ ਉਤਾਰ ਦਿੱਤਾ ਅਤੇ ਉਹ ਡੇਰੇ ਚਲੇ ਗਏ। ਜਿਹੜਾ ਨਾਲ ਦਾ ਸੀ ਨਾ, ਸੋਚੀ ਗਿਆ ਰਿਹਾ ਨਾ ਗਿਆ। ਸ਼ਾਮ ਨੂੰ ਕਹਿੰਦਾ ਸੰਤ ਜੀ ਮਾਫ਼ ਕਰਨਾ, ਵੀ ਆਪਣੇ ਧਰਮ ਵਿੱਚ ਤਾਂ ਬੀਬੀਆਂ ਨੂੰ ਹੱਥ ਲਾਉਣਾ ਜਾਂ ਉਹਨਾਂ ਨਾਲ ਗੱਲ ਕਰਨੀ ਜਾਂ ਦੇਖਣਾ ਮਨਾ, ਅਤੇ ਤੁਸੀਂ ਚੁੱਕ ਕੇ ਗੋਦੀ 'ਚ ਪਰੇ। ਉਹ ਕਹਿੰਦਾ ਮੈਂ ਤਾਂ ਚੁੱਕ ਕੇ ਉੱਥੇ ਲਾਹਤਾ ਅਤੇ ਤੂੰ ਹੁਣ ਤਾਂ ਚੁੱਕੀ ਫਿਰਦਾ, ਮੈਂ ਤਾਂ ਚੁੱਕ ਕੇ ਨਾ ਉਹਨੂੰ ਉਹਦੀ ਹੈਲਪ ਕਰਤੀ ਉੱਥੇ ਛੱਡਤਾ, ਅਤੇ ਭਲਿਆ ਉਹ ਤਾਂ ਸਵੇਰ ਦੀ ਗੱਲ ਆ, ਸਾਰਾ ਦਿਨ ਬੀਤ ਗਿਆ, ਤੇਰੇ ਦਿਮਾਗ 'ਚ ਕੀ ਫਿਰੀ ਜਾਂਦਾ। ਆਹ ਲੋਕਾਂ ਦੇ ਦਿਮਾਗ ਇੱਦਾਂ ਦੇ ਹੈ। ਗੁਰੂ ਹਰਗੋਬਿੰਦ ਸਾਹਿਬ ਤਾਂ ਭਲਾ ਕਰ ਰਹੇ ਨੇ ਅਤੇ ਉਹਦੀ ਨਿੰਦਾ ਕਰ ਰਹੇ ਨੇ। ਹਾਂਜੀ, ਅਬ ਲੋ ਨਹਿ ਗਿਲਾਨ ਕਹੋ ਕਰਤੇ। ਹਾਂ, ਅਤੇ ਸਿੱਖ ਕਹਿੰਦੇ, ਉਹ ਸਿੱਖ ਤਾਂ ਕਹਿਣੇ ਪੈਂਦੇ ਆ, ਨਿੰਦਕ ਕਹਿੰਦੇ ਦੇਖੋ ਇਹ ਗੁਰੂ ਹੁਣ ਅਜੇ ਤੱਕ ਵੀ ਨਹੀਂ ਛੱਡਦੇ, ਅਜੇ ਵੀ ਨਹੀਂ ਗਿਲਾਨੀ ਕਰਦੇ। ਸ਼ਾਹ ਹੁਸੈਨ ਤੇ ਔਰ ਨਹਿ ਡਰਦੇ, ਬਾਦਸ਼ਾਹ ਦੀ ਫੌਜ ਤੋਂ ਨਹੀਂ ਡਰਦੇ। ਰੋਜ਼ ਸ਼ਿਕਾਰ ਖੇਡ ਕੇ ਲਿਆਉਂਦੇ, ਸਰਕਾਰੀ ਸ਼ਿਕਾਰਗਾਹਾਂ ਦੇ ਵਿੱਚ ਜਾਂਦੇ ਜਿੱਥੇ ਬਾਦਸ਼ਾਹ ਦਾ ਏਰੀਆ ਹੁੰਦਾ ਨਾ ਸ਼ਿਕਾਰ ਖੇਡਣਾ, ਉਹਦੇ ਜਾ ਕੇ ਸ਼ਿਕਾਰ ਮਾਰ ਲਿਆਉਂਦੇ ਨੇ। ਹੁਣ ਪੈਂਦੇ ਖਾਂ ਤੁਰਕ ਬਿਸਾਲਾ, ਫਿਰ ਪੈਂਦੇ ਖਾਂ ਬੜਾ ਜਵਾਨ ਹੈ, ਯੋਧਾ ਹੈ, ਮੁਸਲਮਾਨ ਪਠਾਨ ਹੈ। ਰਾਖਿਓ ਨਿਕਟ ਦਰਬ ਦੇ ਜਾਲਾ, ਉਹਨੂੰ ਕੋਲ ਰੱਖਿਆ, ਉਹਨੂੰ ਬੜੇ ਵਧੀਆ ਵਧੀਆ ਬਸਤਰ, ਵਧੀਆ ਵਧੀਆ ਸ਼ਸਤਰ ਤੇ ਮਾਇਆ ਦਿੰਦੇ ਨੇ। ਬੂਝ ਹੈ ਤਸਹ ਕਾਜ ਕੁਝ ਕਾਜ ਜੋ ਕਰਨਾ, ਜਿਹੜਾ ਕੋਈ ਕੰਮ ਕਰਨਾ ਪੈਂਦੇ ਖਾਂ ਦੀ ਸਲਾਹ ਨਾਲ ਕਰਦੇ ਨੇ। ਦਿਨ ਪ੍ਰਤ ਕਰ ਹੈ ਅਧਿਕ ਹੀ ਕਰਨਾ, ਉਹਦੇ ਤੇ ਬੜੀ ਦਇਆ ਕਰਦੇ ਨੇ। ਸਾਨੂੰ ਪੁੱਛਦੇ ਵੀ ਤੁਹਾਨੂੰ ਕੀ ਪੁੱਛੀ, ਤੁਸੀਂ ਕਿਸੇ ਘੜੇ ਦੇ ਢੱਕਣ ਹੋਵੋ ਤੇ ਸਹੀ, ਜੇ ਕੋਈ ਕਰਨ ਜੋਗੇ ਹੋਵੋ ਤੇ ਗੁਰੂ ਤੁਹਾਨੂੰ ਵੀ ਪੁੱਛ ਲਵੇ। ਸ਼ੰਕਾ ਹੀ ਕਰਨਾ, ਕਿੰਤੂ ਪਰੰਤੂ ਕਰਨਾ, ਹੋਰ ਗੱਲ ਕੋਈ ਨਹੀਂ ਪੱਲੇ। ਅਤੇ ਜਿਹੜੇ ਗੁਰਸਿੱਖ ਸੀਗੇ ਨਾ, ਉਹ ਚੁੱਪ ਸਨ। ਭਾਈ ਗੁਰਦਾਸ ਜੀ ਤਾਂ ਬੜੇ ਕਮਾਲ ਦੇ ਬਚਨ ਲਿਖ ਰਹੇ ਸਨ, ਉਹ ਸਾਰਾ ਸੀਨ ਉਹਨਾਂ ਨੇ ਲਿਖਿਆ। ਨਿੰਦਕ ਜੋ ਬੋਲਦੇ ਸੀ ਉਹ ਵੀ ਲਿਖਿਆ, ਅਤੇ ਜੋ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ, ਭਾਈ ਜੇਠੇ ਵਰਗੇ ਸੋਚਦੇ ਸੀ ਉਹ ਵੀ ਲਿਖਿਆ। ਦੋਵੇਂ ਪੱਖ ਆਹਮਣੇ ਸਾਹਮਣੇ ਰੱਖ ਕੇ ਦੋ ਪੌੜੀਆਂ ਲਿਖੀਆਂ 26ਵੀਂ ਵਾਰ ਦੇ ਵਿੱਚ।
ਪਹਿਲੀ ਪੌੜੀ ਮੰਜੀ ਬੈ ਸੰਤੋਖ ਦਾ, ਕੁੱਤੇ ਰੱਖ ਸ਼ਿਕਾਰ ਖਿਡਾਇਆ, ਪਾਤਸ਼ਾਹ ਕਰਿਆਮ ਦੇ ਗੜ ਚੜਿਆ ਪਾਤਸ਼ਾਹ ਚੜਾਇਆ, ਉਮਦ ਮਹਿਲ ਨ ਪਾਉਂਦੀ ਦੁਖੀ ਦੁਸ਼ਟ ਆਗੂ ਮੂੰਹ ਲਾਇਆ, ਬਾਣੀ ਕਰ ਗੁਣਗਾਮ ਦਾ ਕਥੇ ਨਾ ਸੁਣੇ ਨਾ ਗਾਵ ਸੁਣਾਇਆ, ਨੱਠਾ ਫਿਰੈ ਨਾ ਡਰਿਆ ਡਰਾਇਆ। ਛੇਵੇਂ ਪਾਤਸ਼ਾਹ ਬਾਰੇ ਜੋ ਨਿੰਦਕਾਂ ਦਾ ਵਿਊ ਸੀ ਉਹ ਦੱਸਿਆ, ਫਿਰ ਦੱਸਿਆ ਉਹਨਾਂ ਨੇ, ਉਹ ਕਹਿੰਦੇ ਬੂਹੇ ਕੁੱਤਾ ਜਿੰਦਾ, ਬੂਹੇ ਜਿੰਦਾ ਕੁੱਤਾ ਜਾਗਿਆ, ਕਿੱਕਰ ਆਸ ਪਾਸ ਜਿਉਂ ਬਾਗਾ। ਕਹਿੰਦੇ ਬਾਗ ਦੇ ਆਲੇ ਦੁਆਲੇ ਕਿੱਕਰ ਲਾਏ ਨੇ, ਕੰਡੇ ਨੇ, ਪਰ ਅੰਦਰ ਤੇ ਅਨਾਰ ਤੇ ਸੇਬ ਤੇ ਸੰਤਰੇ ਤੇ ਕੇਲੇ ਤੇ ਵਧੀਆ ਫਲ ਨੇ, ਪਰ ਕੰਡੇ ਜ਼ਰੂਰ ਨੇ ਕਿਉਂਕਿ ਅੰਦਰਲੇ ਫਲਾਂ ਦਾ ਕੋਈ ਨੁਕਸਾਨ ਨਾ ਕਰ ਦੇਵੇ। ਲੋਹੇ ਦਾ ਜਿੰਦਾ ਬਾਹਰ ਹੈ, ਅੰਦਰ ਸੋਹਣੇ ਮਕਾਨ 'ਚ ਫਰਨੀਚਰ ਬੜਾ ਵਧੀਆ, ਗਹਿਣੇ ਬੜੇ ਨੇ, ਭਾਂਡੇ ਬੜੇ ਨੇ, ਖਾਣ ਪੀਣ ਦੇ ਸਮਾਨ ਵਧੀਆ ਪਏ ਨੇ, ਸੋਹਣਾ ਘਰ ਭਰਿਆ, ਬਾਹਰ ਲੋਹੇ ਦਾ ਤਾਲਾ ਜਾਂ ਕੁੱਤਾ ਰੱਖਿਆ ਭੌਂਕਣ ਲਈ, ਕਿਉਂ ਰੱਖਿਆ? ਅੰਦਰਲੇ ਮਾਲ ਦੀ ਸੇਫਟੀ ਹੈ। ਗੁਰੂ ਦੇ ਘਰ ਵਿੱਚ ਭਗਤੀ, ਸੇਵਾ, ਸਿਮਰਨ, ਜਪ, ਤਪ, ਨਾਮ, ਬਾਣੀ, ਪ੍ਰੇਮ, ਇਹ ਬਹੁਤ ਵੱਡੀ ਪ੍ਰੋਪਰਟੀ ਹੈ। ਇਹਦੀ ਰਾਖੀ ਲਈ ਆ ਢਾਲਾਂ, ਤਲਵਾਰਾਂ, ਬਰਛੇ, ਬੰਦੂਕਾਂ ਨੇ, ਇਹ ਸਾਰਾ ਰਾਜਸੀ ਠਾਠ ਹੈ ਕਿ ਗੁਰੂ ਦੀ ਅੰਦਰਲੀ ਪ੍ਰੋਪਰਟੀ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਹ ਗੱਲ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ 'ਚ ਲਿਖੀ ਹੈ, ਪਰ ਉਹ ਮੂਰਖ ਕਿੱਥੇ ਸਮਝਦੇ, ਨਿੰਦਾ ਹੀ ਕਰੀ ਜਾਂਦੇ, ਨਿੰਦਾ ਹੀ ਕਰੀ ਜਾਂਦੇ। ਇਤਿਹਾਦਿਕ ਦੋਸ਼ਨ ਕੋ ਲਹਿ ਲਹਿ, ਮਹਾਰਾਜ ਦੇ ਉੱਤੇ ਦੋਸ਼ ਲਾਉਂਦੇ ਨੇ, ਲਾਈ ਜਾਂਦੇ ਨੇ। ਨਿੰਦ ਹੈ ਮਿਲ ਆਪਸ ਮਹਿ ਕਹਿ ਕਹਿ, ਆਪਸ 'ਚ ਬਹਿੰਦੇ ਨੇ ਨਿੰਦਾ ਕਰਦੇ, ਜਿੱਥੇ ਬਹਿੰਦੇ ਨਿੰਦਾ ਕਰਦੇ ਨੇ। ਸੁਧਾ ਸਰੋਵਰ ਲਵਪੁਰ ਆਦਿ, ਸ੍ਰੀ ਅੰਮ੍ਰਿਤਸਰ ਸਾਹਿਬ, ਲਾਹੌਰ, ਜਿੰਨੇ ਪੰਜਾਬ ਦੇ ਵੱਡੇ ਸ਼ਹਿਰ ਨੇ, ਮੁਲਤਾਨ ਵਗੈਰਾ, ਕਰਤ ਜਹਾਂ ਕਹਿ ਗੁਰ ਅਪਵਾਦ, ਗੁਰੂ ਹਰਗੋਬਿੰਦ ਸਾਹਿਬ ਦੀ ਨਿੰਦਾ ਹੋ ਰਹੀ ਹੈ, ਬੜੀ ਨਿੰਦਾ ਹੋ ਰਹੀ ਹੈ। ਮੈਂ ਪਹਿਲਾਂ ਗੱਲ ਕੀਤੀ ਸੀ ਨਾ ਵੀ ਸਭ ਤੋਂ ਜ਼ਿਆਦਾ ਵਡਿਆਈ ਹੋਈ ਸ੍ਰੀ ਗੁਰੂ ਰਾਮਦਾਸ ਜੀ ਦੀ, ਅਤੇ ਸਭ ਤੋਂ ਜ਼ਿਆਦਾ ਨਿੰਦਾ ਹੋਈ ਗੁਰੂ ਹਰਗੋਬਿੰਦ ਸਾਹਿਬ ਦੀ। ਕੁਝ ਗੱਲਾਂ ਕੁਦਰਤੀ ਦਸਾਂ ਪਾਤਸ਼ਾਹੀਆਂ ਵਿੱਚ ਸਮਾਨ, ਸਭ ਤੋਂ ਵੱਡੀ ਉਮਰ ਦੇ ਗੁਰੂ ਅਮਰਦਾਸ ਸਾਹਿਬ ਜੀ ਹੋਏ, ਸਭ ਤੋਂ ਛੋਟੀ ਉਮਰ ਸਤਿਗੁਰੂ ਅੱਠਵੇਂ ਪਾਤਸ਼ਾਹ ਜੀ ਮਹਾਰਾਜ ਹੋਏ। ਇਸੇ ਤਰ੍ਹਾਂ ਵੱਖਰੀਆਂ ਵੱਖਰੀਆਂ, ਸਭ ਤੋਂ ਵੱਡੇ ਕੱਦ ਕਾਠ ਵਾਲੇ ਮਹਾਰਾਜ ਛੇਵੇਂ ਪਾਤਸ਼ਾਹ ਹੋਏ, ਸਭ ਤੋਂ ਛੋਟੇ ਕੱਦ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹੋਏ। ਇਹ ਕੁਝ ਚੀਜ਼ਾਂ ਨੇ ਜਿਹੜੀਆਂ ਗੁਰੂ ਸਾਹਿਬਾਂ ਦੇ ਬਾਰੇ ਜਨਰਲ ਨੌਲੇਜ ਵਿੱਚ ਆਉਂਦੀਆਂ ਨੇ ਗੁਰਪ੍ਰਤਾਪ 'ਚੋਂ। ਗੁਰੂ ਸਾਹਿਬ ਜੀ ਮਹਾਰਾਜ ਦੀ ਨਿੰਦਾ ਕਿੰਨੀ ਹੋ ਰਹੀ ਹੈ, ਕਹਿੰਦੇ ਪੰਜਾਬ ਹੀ ਨਹੀਂ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਰਬ ਸ਼੍ਰੋਮਣ ਗਾਦੀ ਥਿਰੇ, ਮੁੜਦੇ ਨਹੀਂ ਲੋਕ, ਕਹਿੰਦੇ ਗੱਦੀ ਬੜੀ ਵੱਡੀ ਸੀ ਗੁਰੂ ਨਾਨਕ ਦੀ, ਐਡੀ ਵੱਡੀ ਗੱਦੀ 'ਤੇ ਬਹਿ ਗਏ ਨੇ। ਅੰਗੀਕਾਰ ਕੋ ਕਰਮਨ ਕਰੇ, ਪਰ ਕੰਮ ਮਾੜੇ ਫੜ ਲਏ ਨੇ। ਸ਼ਿਕਾਰ ਖੇਡਣਾ ਕੋਈ ਗੁਰੂਆਂ ਦਾ ਕੰਮ ਹੈ, ਹਥਿਆਰ ਰੱਖਣੇ ਕੋਈ ਗੁਰੂਆਂ ਦਾ ਕੰਮ ਹੈ, ਘੋੜੇ ਰੱਖਣੇ, ਫੌਜਾਂ ਰੱਖਣੀਆਂ ਅਤੇ ਤਖ਼ਤ ਬਣਾਉਣੇ, ਇਹ ਗੁਰੂਆਂ ਨੂੰ ਥੋੜ੍ਹਾ ਸੋਭਦਾ, ਰਾਜਨੀਤੀ ਤੋਂ ਗੁਰੂਆਂ ਨੇ ਕੀ ਲੈਣਾ। ਨਿੰਦਾ ਇਉਂ ਕਰਦੇ ਨੇ, ਸੁਣਹਿ ਸਿੱਖ ਜਹਿ ਕਹਿ ਗੁਰ ਨਿੰਦਾ, ਆਖੋ ਵਾਹਿਗੁਰੂ, ਨਿੰਦਕ ਨਿੰਦਾ ਕਰਦੇ ਨੇ ਥਾਂ ਥਾਂ 'ਤੇ ਹੋ ਰਹੀ, ਤਾਂ ਸਿੱਖਾਂ ਨੂੰ ਸੁਣਨੀ ਪੈਂਦੀ, ਜਦੋਂ ਕੰਨਾਂ 'ਚ ਪੈਂਦੀ ਨਿੰਦਾ ਸਿੱਖਾਂ ਦੇ। ਹਾਂਜੀ, ਬਸ ਹੈ ਨਹਿ ਚਲ ਹੈ ਧਰ ਹੈ ਚਿੱਤ ਚਿੰਦਾ, ਵਿਚਾਰੇ ਸਿੱਖਾਂ ਦਾ ਵਸ ਨਹੀਂ ਚੱਲਦਾ, ਜਿਹੜੇ ਸ਼ਰਧਾਵਾਨ ਨੇ ਗੁਰੂ ਦੇ ਪਿਆਰ ਕਰਨ ਵਾਲੇ, ਉਹਨਾਂ ਦੀ ਕੋਈ ਪੇਸ਼ ਨਹੀਂ ਜਾਂਦੀ, ਉਹ ਚਿੰਤਾ ਕਰਦੇ ਨੇ ਵੀ ਇਹ ਮੂਰਖਾਂ ਨੂੰ ਕੌਣ ਸਮਝਾਵੇ, ਇਹਨਾਂ ਨੂੰ ਸਮਝ ਆਉਣੀ ਨਹੀਂ, ਇਹ ਨਿੰਦਾ ਕਰਦੇ ਨੇ। ਮਿਲ ਆਪਸ ਮਹਿ ਕਰਤ ਵਿਚਾਰੇ, ਆਪਸ ਵਿੱਚ ਵਿਚਾਰ ਕਰਦੇ ਨੇ, ਕੋਈ ਨਾ ਕਹਿ ਕਰ ਗੁਰ ਹਟਕਾਰੇ, ਕਹਿੰਦੇ ਆਪਾਂ ਗੁਰੂ ਸਾਹਿਬ ਨੂੰ ਕਹੀਏ ਵੀ ਮਹਾਰਾਜ ਇਹ ਲੀਲਾ ਬੰਦ ਕਰ ਦਿਓ,
ਸਾਥੋਂ ਤੁਹਾਡੀ ਨਿੰਦਾ ਨਹੀਂ ਸੁਣੀ ਜਾਂਦੀ। ਲੋਕ ਨਿੰਦਾ ਕਰਦੇ ਨੇ ਤੇ ਸਾਡਾ ਮਨ ਦੁਖੀ ਹੁੰਦਾ ਹੈ। ਉਚਿਤ ਆਪ ਕੇ ਕਰਮ ਨਾ ਐਸੇ। ਮਹਾਰਾਜ ਨੂੰ ਬੇਨਤੀ ਕਰੀਏ ਵੀ ਇਹ ਕਰਮ ਤੁਹਾਨੂੰ ਕਰਨੇ ਠੀਕ ਨਹੀਂ। ਵਰਤ ਹੋ ਪਿਤਾ ਪਿਤਾਮਾ ਜੈਸੇ। ਜਿਵੇਂ ਮਹਾਰਾਜ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਜਾਂ ਗੁਰੂ ਨਾਨਕ ਦੇਵ ਜੀ ਵੱਡੇ ਗੁਰੂ ਰਹੇ ਨੇ, ਸ਼ਾਂਤ ਮਾਲਾ ਫੇਰਨੀ, ਨਾਮ ਜਪਣਾ, ਲੋ ਲੰਗਰ ਚਲਾਉਣਾ, ਸ਼ਾਂਤਮਈ ਢੰਗ ਨਾਲ ਤੁਸੀਂ ਵੀ ਵਰਤੋ। ਕਹਾਂ ਭਇਓ ਗੁਰੂ ਸੁਮਤ ਨਾ ਚੀਨ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਵੀ ਤੇ ਸਿਆਣੇ ਨੇ, ਅਸੀਂ ਉਹਨਾਂ ਨੂੰ ਕਿਵੇਂ ਸਮਝਾਈਏ। ਜਿਮ ਟਾਮਨ ਤੇ ਬਸ ਕਰ ਲੀਨ। ਪਤਾ ਨਹੀਂ ਕਿਸੇ ਨੇ ਕੀ ਟੂਣਾ ਕਰ ਦਿੱਤਾ, ਕਹਿੰਦੇ ਕਿਸੇ ਨੇ ਕੀ ਜਾਦੂ ਕਰਤਾ, ਗੁਰੂ ਸਾਹਿਬ ਨੂੰ ਸਮਝ ਨਹੀਂ ਵੀ ਇੱਦਾਂ ਮੇਰੀ ਸਾਡੀ ਨਿੰਦਾ ਹੋ ਰਹੀ ਹੈ, ਸਾਰਾ ਪੰਥ ਦੁਖੀ ਹੈ। ਇਤਿਹਾਦਿਕ ਸਿੱਖਨ ਮਹਿ ਹੋਏ ਹੋ। ਸਾਧ ਸੰਗਤ ਜੀ, ਇਸ ਤਰ੍ਹਾਂ ਸਿੱਖਾਂ ਵਿੱਚ ਦੋ ਤਰ੍ਹਾਂ ਦੀਆਂ, ਇੱਕ ਤਾਂ ਉਹ ਸੀ ਜਿਹੜੇ ਸਿੱਖ ਵੀ ਕਹਾਉਂਦੇ ਸੀ, ਨਿੰਦਾ ਵੀ ਕਰਦੇ ਸੀ, ਪਰ ਦੂਜੇ ਉਹ ਸੀ ਜਿਹੜੇ ਨਿੰਦਾ ਸੁਣ ਕੇ ਵੀ ਰਾਜੀ ਨਹੀਂ ਸੀ ਪਰ ਦੁਖੀ ਹੁੰਦੇ ਸੀ। ਉਹ ਗੁਰੂ ਸਾਹਿਬ ਨੂੰ ਸਮਝਾਉਣ ਦੇ ਵਾਸਤੇ ਵੀ ਬੇਨਤੀ ਕਰੀਏ, ਮਹਾਰਾਜ ਇਹ ਕੰਮ ਜਿਹੜਾ ਨਾ ਸਮਾਪਤ ਕਰ ਦਿਓ। ਦੁਖਿਤ ਅਧਿਕ ਚਿਤ ਗੁਰ ਇਮ ਜੋਇਹੁ। ਤੇ ਗੁਰੂ ਸਾਹਿਬ ਬੜੇ ਆਨੰਦ ਵਿੱਚ ਬੇਪਰਵਾਹ ਵਿਚਰ ਰਹੇ ਸਨ। ਬਹੁਰ ਵਿਆਹ ਕੋ ਦਿਨ ਨਿਰਰਾਮੋ। ਉਧਰੋਂ ਸਾਧ ਸੰਗਤ ਜੀ, ਬੀਬੀ ਬੀਰੋ ਦੇ ਵਿਆਹ ਦਾ ਦਿਨ ਨੇੜੇ ਆ ਗਿਆ, ਜੇਠ ਦੀ 26 ਤਰੀਕ ਨੂੰ ਬਰਾਤ ਆਉਣੀ ਹੈ, ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪਣੇ ਆਨੰਦ 'ਚ ਬੈਠੇ ਨੇ। ਸਕਲ ਮਸੰਦਨ ਬਾਕ ਲਾਇਓ। ਸਾਰੇ ਮਸੰਦ ਇਕੱਠੇ ਹੋਏ ਤੇ ਮਸੰਦ ਗੁਰੂ ਜੀ ਕੋਲ ਆ ਕੇ ਕਹਿਣ ਲੱਗੇ, ਕੀ ਜਹੈ ਮੇਲ ਬੁਲਾਵਨ ਸਾਰੋ। ਮਹਾਰਾਜ ਜੀ, ਮੇਲ ਨੂੰ ਬੁਲਾ ਲਓ, ਚਿੱਠੀਆਂ ਲਿਖ ਦਿਓ ਵੀ ਸਾਰਾ ਮੇਲ ਅੰਮ੍ਰਿਤਸਰ ਆ ਜਾਵੇ। ਵਿਆਹ ਦੇ ਉੱਤੇ ਪਹਿਲਾਂ ਮੇਲ ਆਉਂਦਾ ਫਿਰ ਬਰਾਤ ਆਉਂਦੀ, ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਸੱਦਾ ਭੇਜਾਂਗੇ ਤਾਂ ਹੀ ਆਉਣਗੇ ਸਾਰੇ ਵਿਆਹ 'ਤੇ। ਹਾਂਜੀ, ਕਾਜ ਮਹਾ ਕਿਮ ਹਿਰਦੇ ਬਿਸਾਰੋ। ਵੱਡਾ ਕੰਮ ਹੈ ਗੁਰੂ ਜੀ ਦੇ, ਤੁਸੀਂ ਹੱਥਿਆ ਧਰਕੇ ਬੈਠੇ ਹੋ, ਖਿਆਲ ਨਹੀਂ ਕੀਤਾ ਵੀ ਬੁਲਾਉਣੇ ਵੀ ਨੇ ਰਿਸ਼ਤੇਦਾਰ, ਸਾਰੀ ਬਰਾਦਰੀ, ਸਾਰੇ ਭਾਈਚਾਰੇ ਨੂੰ ਸੱਦਣਾ। ਮਹਾਰਾਜ ਜੀ, ਵਿਆਹ ਦੀਆਂ ਚਿੱਠੀਆਂ ਲਿਖੀਏ, ਬੁਲਾਈਏ ਸਾਰੇ ਨਾਨਕੇ, ਸਾਰੇ ਹੋਰ ਰਿਸ਼ਤੇਦਾਰ, ਉਹ ਆਉਣੇ ਚਾਹੀਦੇ ਨੇ ਵਿਆਹ ਦੇ ਵਿੱਚ। ਕਰੋ ਕਰਾਹੇ ਅਬ ਹੈ ਚਰਾਵਨ। ਮਹਾਰਾਜ, ਲੁਹਾਈਆਂ ਨੂੰ ਕਹੋ ਵੀ ਲੰਗਰ, ਮਠਿਆਈਆਂ, ਜਲੇਬੀਆਂ, ਲੱਡੂ, ਹੋਰ ਜਿਹੜੇ ਵਿਆਹ ਦੇ ਵਿੱਚ ਪਕਵਾਨ ਬਣਾਉਣੇ ਨੇ ਉਹ ਵੀ ਤਿਆਰ ਕਰਨ, ਛੇਤੇ ਹੀ ਆ ਗਿਆ ਵਿਆਹ ਤਾਂ ਥੋੜ੍ਹੇ ਦਿਨਾਂ ਨੂੰ, ਮਹਾਰਾਜ ਨੇੜੇ ਆ ਰਹੀ ਹੈ 26 ਤਰੀਕ ਜੇਠ ਦੀ। ਆਇਸ ਦੇਹੋ ਪਕਵਾਨ ਪਕਾਵਨ। ਆਗਿਆ ਦਿਓ ਵੀ ਮਿਸ ਜਿਹੜੇ ਲੁਹਾਈ ਨੇ ਉਹ ਚੁੱਲ੍ਹੇ 'ਤੇ ਆਪਣਾ ਪਕਵਾਨ ਮਠਿਆਈਆਂ ਤਿਆਰ ਕਰਨ ਹੁਣ ਸ਼ੁਰੂ ਕਰ ਦੇਣ। ਆ ਗਿਆ ਗੰਗਾ ਮਾਤ ਸੁਜਾਨਾ। ਅੱਗੇ ਤਾਂ ਮਾਤਾ ਜੀ ਸਨ, ਮਾਤਾ ਗੰਗਾ ਜੀ ਤੁਹਾਡੇ, ਉਹ ਸਾਰਾ ਕੁਝ ਆਪੇ ਕਰ ਕਰਾ ਲੈਂਦੇ ਸੀ, ਹੁਣ ਮਾਤਾ ਜੀ ਤੋਂ ਬਿਨਾਂ ਤੁਹਾਨੂੰ ਹੀ ਮਹਾਰਾਜ ਸਾਰਾ ਕੁਝ ਦੇਖਣਾ ਪੈਣਾ, ਹੁਣ ਵੱਡੇ ਤੁਸੀਂ ਹੋ ਇਸ ਘਰ ਦੇ ਵਿੱਚ। ਕਾਜ ਸੰਭਾਰਤ ਜਿਤਕ ਮਹਾਨਾ। ਮਾਤਾ ਜੀ ਦੇ ਹੁੰਦਿਆਂ ਤੁਹਾਨੂੰ ਕੋਈ ਫਿਕਰ ਨਹੀਂ ਸੀ, ਸਾਨੂੰ ਕੋਈ ਫਿਕਰ ਨਹੀਂ, ਮਾਤਾ ਦੱਸੀ ਜਾਂਦੀ ਸੀ ਅਸੀਂ ਕਰੀ ਜਾਂਦੇ ਸੀ, ਹੁਣ ਸਾਰਾ ਕੰਮ ਗੁਰੂ ਜੀ ਤੁਹਾਨੂੰ ਦੱਸਣਾ ਪੈਣਾ ਅਤੇ ਸਾਨੂੰ ਕਰਨਾ ਪੈਣਾ। ਜਥਾ ਯੋਗ ਮੰਗਲ ਕਰਵਾਵਤ। ਜਿਵੇਂ ਮਾਤਾ ਕਰਾਉਂਦੀ ਸੀ ਖੁਸ਼ੀਆਂ ਨਾਲ ਸਾਰੇ ਕੰਮ ਹੋ ਜਾਂਦੇ ਸੀ। ਆਇਸ ਦੇ ਤੇ ਨੀਕ ਬਣਾਵਤ। ਮਾਤਾ ਜੀ ਆਗਿਆ ਦਿੰਦੇ ਹੁੰਦੇ ਸੀ ਅਤੇ ਅਸੀਂ ਬਣਾ ਲੈਂਦੇ ਸੀ ਸਾਰਾ ਕੁਝ। ਅਬ ਤਾਂ ਰਾਵਰ ਕੇ ਇਖਤਿਆਰ। ਹੁਣ ਤਾਂ ਮਹਾਰਾਜ ਸਿਰਫ ਤੁਹਾਡੇ ਕੋਲ ਹੀ ਹੈ ਨਾ, ਹੁਣ ਤੁਸੀਂ ਵੱਡੇ ਹੋ ਅਤੇ ਹੁਣ ਸਾਰਾ ਕੁਝ ਤੁਸੀਂ ਕਰਨਾ, ਕਿ ਮਾਤਾ ਜੀ ਤਾਂ ਜੋਤੀ ਜੋ ਸਮਾ ਗਏ ਨੇ, ਮਾਤਾ ਗੰਗਾ ਜੀ। ਕਰਵਾਵੋ ਸਭ ਕਾਰਜ ਤਿਆਰ। ਛੇਵੇਂ ਪਾਤਸ਼ਾਹ ਨੂੰ ਮਸੰਦ ਕਹਿੰਦੇ, ਮਹਾਰਾਜ ਆਪ ਸਾਰਾ ਕੁਝ ਤਿਆਰੀ ਕਰਵਾਓ, ਵਿਆਹ ਦੇ ਦਾ ਦਿਨ ਬਾਹਲਾ ਹੀ ਨੇੜੇ ਆ ਰਿਹਾ, ਬਰਾਤ ਆਉਣ ਵਾਲੀ ਹੈ। ਸੁਣ ਗੁਰ ਕਿਤਕ ਕਾਲ ਨਹਿ ਕਹਿਓ। ਉਹ ਮਸੰਦ ਕਹੀ ਜਾਂਦੇ ਮਹਾਰਾਜ ਚੁੱਪ ਕਰਕੇ ਬੈਠੇ,
ਹੈ, ਜਿਵੇਂ ਸੁਣਦੇ ਹੀ ਨਹੀਂ ਪਏ। ਕੁਝ ਸਮਾਂ ਉਹ ਵਿਚਾਰੇ ਕਹਿ ਕਹਿ ਕੇ ਚੁੱਪ ਕਰਕੇ, ਗੁਰੂ ਜੀ ਬੋਲੇ ਹੀ ਨਹੀਂ। ਹਾਂਜੀ, ਆ ਗਏ ਬਿਘਨ ਹੋਣ ਕੋ ਲਹਿਓ, ਕਿਉਂਕਿ ਜਾਣਦੇ ਸਨ ਵੀ ਵਿਆਹ ਕਿੱਦਾਂ ਦਾ ਹੋਣਾ। ਵਿਆਹ ਦੇ ਵਿੱਚ ਤਾਂ ਜੰਗ ਹੋਣਾ, ਅਤੇ ਵਿਆਹ ਦੇ ਇੱਥੇ ਕਿਹਨੂੰ ਮੇਲ 'ਚ ਬੁਲਾਵਾਂਗੇ ਅਤੇ ਕਿਹਨੂੰ ਇੱਥੇ ਲੱਡੂ ਖੁਲਾਵਾਂਗੇ। ਇੱਥੇ ਤਾਂ ਪਤਾ ਨਹੀਂ ਕੀ ਕੁਛ ਹੋਣਾ, ਖੂਨ ਖਰਾਬਾ ਹੋਣਾ, ਜੰਗ ਹੋਣਾ। ਜਾਣਦੇ ਸੀ ਮਾਰ ਅੰਤਰਜਾਮੀ, ਇਸ ਕਰਕੇ ਮਸੰਦਾਂ ਨੂੰ ਨਹੀਂ ਕੁਛ ਦੱਸਿਆ, ਚੁੱਪ ਕਰਕੇ ਬੈਠੇ ਰਹੇ। ਮੌਨ ਠਾਨ ਕਰ ਬੈਠੇ ਸਵਾਮੀ, ਚੁੱਪ ਕਰਕੇ ਬੈਠੇ ਰਹੇ, ਮੌਨ ਥਾਰ ਕੇ। ਕੁਛ ਨਾ ਬਖਾਨਿਓ ਅੰਤਰਜਾਮੀ, ਮੇਰੇ ਸਤਿਗੁਰੂ ਅੰਤਰਜਾਮੀ ਕੁਛ ਨਹੀਂ ਬੋਲੇ। ਇੱਕ ਸੁਭਾਵ ਕੋ ਸਭ ਬਿਸਮਾਏ, ਗੁਰੂ ਦਾ ਇਹ ਸੁਭਾਅ ਵੇਖ ਕੇ ਸਾਰੇ ਹੈਰਾਨ ਹੋਏ ਵੀ ਕਿੱਦਾਂ ਦਾ ਸੁਭਾਅ ਹੋ ਗਿਆ, ਕਿੱਦਾਂ ਦਾ ਨੇਚਰ ਹੋ ਗਿਆ। ਅਸੀਂ ਕਹਿੰਦੇ ਹਾਂ ਵੀ ਵਿਆਹ ਦੀ ਤਿਆਰੀ ਕਰੋ, ਕੋਈ ਬੋਲਦੇ ਹੀ ਨਹੀਂ। ਹਾਂਜੀ, ਕਹਾਂ ਗੁਰੂ ਗਤ ਲਖੀ ਨਾ ਜਾਏ, ਮਸੰਦ ਆਪਸ 'ਚ ਗੱਲਾਂ ਕਰਦੇ, ਪਤਾ ਨਹੀਂ ਕੀ ਦਿਲ ਵਿੱਚ ਚੱਲ ਰਹੀ ਹੈ ਮਹਾਰਾਜ ਦੇ, ਇਹਨਾਂ ਦੀ ਗਾਤੇ ਹੀ ਜਾਣਦੇ ਨੇ। ਬਹਰੋ ਮੰਦਰ ਜਾਏ ਪ੍ਰਵੇਸ਼, ਮਹਾਰਾਜ ਨੇ ਮਸੰਦਾਂ ਨੂੰ ਹਾਂ ਨਾ ਕੁਛ ਨਹੀਂ, ਹੂੰ ਹਾਂ ਕੁਛ ਨਹੀਂ ਕੀਤੀ, ਉੱਠ ਕੇ ਅੰਦਰ ਆਪਣੇ ਮਹਿਲਾਂ 'ਚ ਜਾ ਬੈਠੇ। ਥਿਰ ਪ੍ਰਿਯੰਕ ਪਰ ਜਬ ਹੂੰ ਬੈਸੇ, ਜਦੋਂ ਪਲੰਘ 'ਤੇ ਜਾ ਕੇ ਬੈਠ ਗਏ, ਤਬ ਦਮੋਦਰੀ ਚੱਲ ਕਰ ਆਈ, ਤਾਂ ਮਾਤਾ ਦਮੋਦਰੀ ਜੀ ਗੁਰੂ ਸਾਹਿਬ ਦੇ ਵੱਡੇ ਮਹਿਲ ਚੱਲ ਕੇ ਆਏ। ਸੁਤਾ ਵਿਆਹ ਕੀ ਗੱਥ ਸਮਝਾਈ, ਉਹ ਮਹਾਰਾਜ ਨੂੰ ਕਹਿਣ ਲੱਗੀ, ਮਹਾਰਾਜ ਵਿਆਹ ਬੇਟੀ ਆਪਣੀ ਦਾ ਬਹੁਤ ਨੇੜੇ ਆ ਗਿਆ, ਦਿਨ ਥੋੜ੍ਹੇ ਰਹਿ ਗਏ ਨੇ, ਕਿਉਂ ਨਾ ਕਰਾਵਤ ਹੋ ਸਭ ਆਹਰ। ਮਹਾਰਾਜ ਵਿਆਹ ਦੀ ਤਿਆਰੀ ਕਿਉਂ ਨਹੀਂ ਕਰਾਉਂਦੇ, ਲੁਹਾਈ ਵੀ ਬਿਠਾਓ, ਕੋਈ ਦਰਜੀ ਲਾਓ, ਕੋਈ ਗਹਿਣੇ ਕੱਪੜੇ ਬਣਾਓ, ਕੱਪੜਾ ਲੱਤਾ ਬਣਾਓ, ਸਾਰੀ ਤਿਆਰੀ ਵਿਆਹ ਦੀ ਕਰਨੀ ਪੈਣੀ ਹੈ। ਕਾਜ ਵਿਸਾਲ ਬਿਦਤ ਭਾ ਜ਼ਾਹਰ, ਕੰਮ ਬਹੁਤ ਵੱਡਾ ਹੈ ਅਤੇ ਕਿਰਪਾ ਕਰਕੇ ਮਹਾਰਾਜ ਜੀ ਹੁਣ ਤਿਆਰੀ ਕਰਾਓ, ਆਪ ਜੀ ਹੱਥੇ ਹੱਥ ਕਰਕੇ ਬੈਠੇ ਹੋ, ਵਿਆਹ ਦਾ ਦਿਨ ਨੇੜੇ ਆ ਰਿਹਾ। ਅਬ ਹੈ ਕਰਾਹੇ ਕਹਿ ਚਰਵਾਵ ਹੋ, ਵਿਆਹ ਦੇ ਕੜਾਹੇ ਚੜਾ ਦਿਓ, ਲਵਾਈਆਂ ਨੂੰ ਕਹੋ ਮਠਿਆਈਆਂ ਬਣਾ ਲੈਣ, ਜਿਤ ਕਿਤ ਤੇ ਸਭ ਮੇਲ ਬੁਲਾਵ ਹੋ, ਤੋ ਮੇਲ ਨੂੰ ਬੁਲਾ ਲਓ। ਇਸ ਤਰ੍ਹਾਂ ਮਾਤਾ ਜੀ ਕਹਿੰਦੇ ਹੈ, ਅਤੇ ਮਹਾਰਾਜ ਅੱਗੋਂ ਕੀ ਜਵਾਬ ਦੇਣਗੇ ਅਤੇ ਕੀ ਲੀਲਾ ਕਰਨਗੇ, ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਨਾਲ ਨਾਥ ਨਾ ਸਕੇ ਦੀਨ ਦਰਦ ਨਿਵਾਰ, ਏ ਸਮਰਾਥੇ ਗਮ ਪੂਰਨ ਮੋਏ ਮਾਇਆ ਧਾਰ, ਨਾਨਕ ਉਪ ਮਹਾ ਭਿਆਨ ਨਾਨਕ ਪਾਰੇ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰਬਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।